मैं थोड़ा भी डॉक्टर हरीश मोहतरा अज फिर 31 मई 2022 थोड़े लिए थोड़ा हफ्तावारी प्रोग्राम सोच का सफर लैके हाजिर हाँ। जिस तरह तुम्हें पता है कि मैं इस प्रोग्राम के अपनी किताब नैतिकता तर्कशीलता पिछों पहला एक लेख पढ़ता तो फिर टैलीफोन के राही उन्हां नुक्त्यां ते संवाद रचाउण दी कोशिश करदा जिहड़े मैं उस लेख विच उस आर्टिकल दे विच उस निबंध दे विच उठाए हुंदे हन जां कुछ नुक्त्यां बारे शायद मैं ना गल कीती होवे। ते मैनूं तुहाडे टैलीफोन कॉल्स दी इस प्रोग्राम दे विच बहुत जरूरत है तां कि आपां इक संवाद रचा के किसी नतीजे ते पहुँच सकीए किसी सच्चाई ते पहुँच सकीए ते उहदे नाल तुहानूं मैनूं ते अपने श्रोतियां नूं बहुत वड्डा लाभ हो सकदा। तो तुसी हुण तो ही जो टेलीफोन कॉल्स है वो करनी शुरू कर दो ताकि लाइनअप कर सको क्योंकि आर्टिकल बड़ा छोटा जहा है जो मैं अच्छे लैके आया। तो नंबर जोड़ा है वो स्क्रीन के थले भी आ रहा है तो साड़ा नंबर जोड़ा है 0300-770-2246 है। तो जो तुम यूके तो बहर तो टेलीफोन कर रहे तो फिर तुम्हें 0044 नंबर पहले लाना पेगा। तो इस तरह पता है कि मैं अपन लिखत के ਉਹੋ ਜਿਹਾ ਮਸਲੇ ਲੈ ਕੇ ਆਉਂਦਾ ਜਿਹੜੇ ਕਿ ਸਮਾਜਿਕ ਮਸਲੇ ਹੁੰਦੇ ਆ ਜਿਨ੍ਹਾਂ ਦਾ ਸੰਬੰਧ ਤੁਹਾਡੇ ਨਾਲ ਮੇਰੇ ਨਾਲ ਅਤੇ ਆਮ ਲੋਕਾਂ ਨਾਲ ਹੁੰਦਾ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਹੁੰਦਾ। ਅਤੇ ਇਸੇ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਜਿਹੜੀ ਸ਼ਿਰਕਤ ਆ ਤੁਹਾਡਾ ਆਪਣਾ ਐਕਸਪੀਰੀਅੰਸ ਹੈ ਤੁਹਾਡਾ ਆਪਣਾ ਗਿਆਨ ਹੈ ਉਹ ਅਸੀਂ ਲੋਕਾਂ ਵਿੱਚ ਵੰਡ ਸਕੀਏ ਅਤੇ ਲੋਕਾਂ ਨੂੰ ਉਹਦਾ ਫਾਇਦਾ ਹੋ ਸਕੇ। ਅਤੇ ਜੇ ਤੁਸੀਂ ਚਾਹੁੰਦੇ ਹਾਂ ਕਿ ਸਾਡੇ ਇਹੋ ਜਿਹਾ ਪ੍ਰੋਗਰਾਮ ਚੱਲਦੇ ਰਹਿਣ ਅਤੇ ਨਾਲ ਦੀ ਨਾਲ ਅਸੀਂ ਕੰਛੀ ਟੈਲੀਵਿਜ਼ਨ ਦੀ ਅਪੀਲ ਵੀ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹਾਂ ਉਹ ਵੀ ਅਸੀਂ ਨਾਲ ਕਰ ਰਹੇ ਹੈਗੇ ਹਾਂ ਸਾਡੀ ਵੱਧ ਤੋਂ ਵੱਧ ਮਾਈਕ ਸਹਾਇਤਾ ਵੀ ਕਰੋ ਤਾਂ ਕਿ ਇਹ ਟੈਲੀਵਿਜ਼ਨ ਚੱਲਦਾ ਰਹੇ ਅਤੇ ਸਾਡੀ ਆਵਾਜ਼ ਤੁਹਾਡੀ ਆਵਾਜ਼ ਅਤੇ ਪਲੇਟਫਾਰਮ ਕਿਤੇ ਸਾਡੇ ਤੋਂ ਖੁਸ਼ ਨਾ ਜਾਵੇ। ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ ਮੈਂ ਟੈਲੀਫੋਨ ਕੋਲ ਜੀ ਤੁਹਾਡੀ ਵੇਟ ਕਰ ਰਿਹਾ ਕਿਉਂਕਿ ਬੜਾ ਆਰਟੀਕਲ ਬੜਾ ਛੋਟਾ ਜਿਹਾ ਹੈ ਮੈਂ ਇਹ ਆਰਟੀਕਲ ਪੜ੍ਹਦਾ ਅਤੇ ਉਸ ਤੋਂ ਬਾਅਦ ਇਮੀਡੀਏਟਲੀ ਮੈਂ ਤੁਹਾਡੀ ਟੈਲੀਫੋਨ ਕੋਲ ਜਿਹੜੀਆਂ ਉਹ ਲੈਣੀਆਂ ਸ਼ੁਰੂ ਕਰ ਦੇਣੀਆਂ। ਇਸ ਆਰਟੀਕਲ ਦਾ ਨਾਂ ਜਿਹੜਾ ਹੈਗਾ ਉਹ ਤਣਾਅ ਸਭਿਅਤਾ ਦਾ ਆਮਦਨ ਕਰ ਹੈ ਤਣਾਅ ਯਾਨੀ ਕਿ ਸਟ੍ਰੈਸ ਜਿਹੜਾ ਹੈਗਾ ਉਹ ਇਜ਼ ਅ ਟੈਕਸ ਆਫ ਸਿਵਲਾਈਜੇਸ਼ਨ ਇਜ਼ ਪ੍ਰੋਫਿਟ ਜੇ ਮੈਂ ਇਹਦਾ ਅੰਗਰੇਜ਼ੀ ਵਿੱਚ ਤਰਜਮਾ ਕਰਾਂ ਤਾਂ ਇਨਸਾਨ ਦੀਆਂ ਮੁੱਢਲੀਆਂ ਤਿੰਨ ਲੋੜਾਂ ਕੁੱਲੀ ਗੁੱਲੀ ਅਤੇ ਜੁੱਲੀ ਸ਼ੁਰੂ ਤੋਂ ਹੀ ਰਹੀਆਂ ਹਨ ਅਤੇ ਆਉਂਦੇ ਸਮੇਂ ਵਿੱਚ ਵੀ ਰਹਿਣਗੀਆਂ। ਹਾਂ ਇਹਨਾਂ ਨੂੰ ਆਰਾਮਦਾਇਕ ਬਣਾਉਣ ਲਈ ਦਿਨ ਬ ਦਿਨ ਤਰੱਕੀ ਹੁੰਦੀ ਰਹੀ ਹੈ ਅਤੇ ਇਸੇ ਕਰਕੇ ਕਿਸੇ ਇਨਸਾਨ ਦੀ ਰਹਿਣ ਸਹਿਣ ਦੀ ਪੱਧਰ ਸਟੈਂਡਰਡ ਆਫ ਲਿਵਿੰਗ ਦਾ ਅੰਦਾਜ਼ਾ ਉਹਦੇ ਕੋਲ ਆਰਾਮਦਾਇਕ ਸਹੂਲਤਾਂ ਤੋਂ ਲਾਇਆ ਜਾਂਦਾ ਹੈ। ਇਹ ਗੱਲ ਵੱਡੇ ਪੈਮਾਨੇ ਉੱਤੇ ਵੱਖ ਵੱਖ ਮੁਲਕਾਂ ਦੇ ਲੋਕਾਂ ਦੀ ਅਮੀਰੀ ਗਰੀਬੀ ਦਾ ਵੀ ਸੂਚਕ ਹੈ। ਆਧੁਨਿਕ ਸਭਿਅਤਾ ਦੇ ਅੱਗੇ ਵਧਣ ਨਾਲ ਇਨਸਾਨ ਵਧੇਰੇ ਤਣਾਅ ਵਿੱਚ ਆ ਰਿਹਾ ਹੈ ਅਤੇ ਇਹ ਮਾਨਸਿਕ ਤਣਾਅ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਦਿਮਾਗੀ ਬਿਮਾਰੀਆਂ ਦਾ ਵੀ ਕਾਰਨ ਬਣ ਰਿਹਾ ਹੈ। ਟੈਕਨੋਲੋਜੀ ਦੇ ਵਧਣ ਅਤੇ ਨਿਤ ਨਵੀਆਂ ਕਾਢਾਂ ਨਾਲ ਜ਼ਿੰਦਗੀ ਦੀ ਰਫ਼ਤਾਰ ਤੇਜ਼ ਹੋ ਰਹੀ ਹੈ। ਸੰਪਰਕ ਦੇ ਸਾਧਨਾਂ ਵਿੱਚ ਤੇਜ਼ੀ ਆਉਣ ਨਾਲ ਦੁਨੀਆ ਸੁੰਗੜਦੀ ਜਾ ਰਹੀ ਹੈ ਅਤੇ ਅਸੀਂ ਦੁਨੀਆ ਦੇ ਕੋਨੇ ਕੋਨੇ ਦੀ ਖਬਰ ਤੋਂ ਬੇਖਬਰ ਨਹੀਂ ਹੋ ਸਕਦੇ। ਜਿੱਥੇ ਇਹਦਾ ਹਾਂ ਪੱਖੀ ਗੁਣ ਹੈ ਕਿ ਕਿਤੇ ਹੋ ਰਹੀ ਬੇਇਨਸਾਫੀ ਖਿਲਾਫ਼ ਕੁਝ ਕੀਤਾ ਜਾ ਸਕੇ ਉੱਥੇ ਦੂਜੇ ਪਾਸੇ ਨਾ ਪੱਖੀ ਗੁਣ ਮਾਨਸਿਕ ਤਣਾਅ ਵਿੱਚ ਵਾਧਾ ਵੀ ਹੈ ਕਿ ਸਾਨੂੰ ਦੁਨੀਆ ਭਰ ਦਾ ਫਿਕਰ ਹੁਣ ਜ਼ਿਆਦਾ ਹੋਣ ਲੱਗਾ ਹੈ। ਕੰਕੜ ਟੈਲੀਫੋਨ ਟੈਲੀਵਿਜ਼ਨ ਰੇਡੀਓ ਅਖਬਾਰਾਂ 'ਤੇ ਆਉਣ ਜਾਣ ਵਾਲੀ ਸਹੂਲਤਾਂ ਵਿੱਚ ਵਾਧਾ ਜਿੱਥੇ ਆਧੁਨਿਕ ਸਭਿਅਤਾ ਨੂੰ ਅੱਗੇ ਲਿਜਾ ਰਿਹਾ ਹੈ ਉੱਥੇ ਦੂਜੇ ਪਾਸੇ ਸਾਡੀ ਇੱਕ ਦੂਜੇ ਲਈ ਦੌੜ ਦੇ ਮੁਕਾਬਲੇ ਨੂੰ ਵੀ ਤੇਜ਼ ਕਰ ਰਿਹਾ ਹੈ ਅਤੇ ਜਿਹਦੇ ਨਾਲ ਮਾਨਸਿਕ ਤਣਾਅ ਵੀ ਵੱਧ ਰਿਹਾ ਹੈ। ਇਸ ਪਦਾਰਥਵਾਦੀ ਯੁੱਗ ਵਿੱਚ ਨਵੀਆਂ ਨਵੀਆਂ ਚੀਜ਼ਾਂ ਦੀ ਖਿੱਚ ਅਤੇ ਉਹਨਾਂ ਦੀ ਬੋਲਤਾ ਵਿੱਚ ਇਕੱਠਿਆਂ ਕਰਨ ਦਾ ਲਾਲਚ ਇੱਕ ਹੋਰ ਕਾਰਨ ਹੈ ਜੋ ਮਾਨਸਿਕ ਤਣਾਅ ਵਧਾਉਣ 'ਚ ਸਹਾਇਕ ਹੈ। ਆਮ ਲੋਕਾਂ ਲਈ ਆਧੁਨਿਕ ਚੀਜ਼ਾਂ ਅਤੇ ਸਮਾਨ ਦੀ ਬੋਲਤਾ ਅਮੀਰੀ ਗਰੀਬੀ ਅਤੇ ਕਿਸੇ ਦੇ ਰਹਿਣ ਸਹਿਣ ਦੀ ਪੱਧਰ ਦਾ ਅੰਦਾਜ਼ਾ ਲਗਾਉਂਦੀ ਹੈ। ਇਹ ਦੌੜ ਅਤੇ ਮੁਕਾਬਲੇ ਦਾ ਧੱਕਾ ਮਾਨਸਿਕ ਤਣਾਅ ਵਧਾਉਂਦਾ ਹੈ। ਜ਼ਿੰਦਗੀ ਦੀ ਰਫ਼ਤਾਰ ਦੇ ਬਰਾਬਰ ਦੌੜ ਨਾਲ ਮਾਨਸਿਕ ਤਣਾਅ ਵੱਧਦਾ ਹੈ। ਕਿਤੇ ਪਿੱਛੇ ਨਾ ਰਹਿ ਜਾਈਏ ਤਾਂ ਕਿ ਸਭਿਅਤਾ ਤੋਂ ਪਿੱਛੇ ਰਹਿਣ ਦਾ ਡਰ ਅਸਭਿਆ ਕਹਾਉਣ ਵਿੱਚ ਨਾ ਬਦਲ ਜਾਵੇ ਇੱਕ ਹੋਰ ਕਾਰਨ ਹੈ ਜੋ ਮਾਨਸਿਕ ਤਣਾਅ ਵਿੱਚ ਵਾਧਾ ਕਰਦਾ ਹੈ। ਆਮ ਲੋਕਾਂ ਦੀ ਹਉਮੈ ਨੂੰ ਪੱਠੇ ਪਦਾਰਥਵਾਦੀ ਚੀਜ਼ਾਂ ਅਤੇ ਸਮਾਨ ਦੀ ਬਹੁਲਤਾ ਪਾਉਂਦੀ ਹੈ। ਇਹ ਲਾਲਚ ਉਹਨਾਂ ਨੂੰ ਨਿਚੱਲਿਆਂ ਬੈਠਣ ਨਹੀਂ ਦਿੰਦਾ ਜਿਸ ਨਾਲ ਮਾਨਸਿਕ ਤਣਾਅ ਵਾਧਾ ਹੈ। ਸਾਡੇ ਅੰਗਾਂ ਯਾਨੀ ਹੱਥਾਂ ਬਾਹਾਂ ਲੱਤਾਂ ਦਿਮਾਗ ਕੰਨ ਅਤੇ ਅੱਖਾਂ ਆਦਿ ਵਿੱਚ ਤਾਂ ਭਾਵੇਂ ਫਰਕ ਨਹੀਂ ਪਿਆ ਪਰ ਇਹਨਾਂ ਦੀ ਤਾਕਤ ਆਧੁਨਿਕ ਸਭਿਅਤਾ ਨੇ ਕਾਫੀ ਵਧਾ ਦਿੱਤੀ ਹੈ। ਸਾਡੀਆਂ ਇਹਨਾਂ ਸ਼ਕਤੀਆਂ ਦਾ ਪਸਾਰਾ
हुण दुनिया के कोने कोने तक फैल गया है, जिस नाल लालच, ग्रीड, स्वार्थपना, सैल्फिशनैस अते होमे ईगो भी बढ़िया हैं। तनाव तो भावें बढ़िया है, पर ये कोई भी शक नहीं कि ज्ञान भी अगे नो बढ़िया है, जो कि सभ्यता का कुदरती असूल है। मानसिक तनाव को घटाने का इलाज यह नहीं कि असी टेक्नोलॉजी में तरक्की ना करिए, आराम सुख के साधना तिलांजलि देिए, सगों अपने आप को सोधन डिसिपलिन रखने की है। लालच, मुकाबले की दौड़, स्वार्थपना और होमे काबू में रखने की जरूरत है। इंसानी कदर कीमत उत्ते विचार करके उन्होंने परखण की गल है कि आधुनिक सभ्यता कितने लालच, होमे और स्वार्थपने की दलदल में ही ना फसी रहे, सगों ये देखे कि वह लुट खसुट के बेइंसाफियों खिलाफ किमें जूझे, जिस नाल लताड़े जा रहे लोगों की पद्धर भी उची हो सके। जगीरू और कबीला युग वल परतना मानसिक तनाव घाटा नहीं करेगा, सगों सोच में बदल फुलण तो रोकेगा, जिद तनाव होर बधेगा और सभ्यता अधोगति वल चाले पावेगी। समय की चाल नाल बदलना जिथे जरूरी है, उत्थे ये भी जरूरी है कि असी अपने आप को सोध के रखिए। कोई सभ्यता और कदर कीमत सदा एको जी नहीं रहिंदियां, समय की चाल नाल बदलदियां रहिंदियां हन। वधिया तनेकी जिन्हों मैं पिछा खिंचू तो तरक्की पसंद ताकतां कहिंदा हाँ, विच जद्दोजहद सदा ही है अते रहेगी भी, अते इहदे नाल मानसिक तनाव भी रहिंदा है। मानसिक तनाव का ज़्यादा बढ़ना जानलेवा हो सकता है, पर किसी भी तरक्की लई इहदी होंद भी बड़ी जरूरी है, जो सभ्यता का तनाव कर निपटैक्स हो निपटता है। ये तो सी जी मेरा यह छोटा जिहा लेख जिहड़ा मैं तुहाडे नाल सांझा कीता, ते हुण मैं तुहाडा टैलीफोन कॉल्स दी वेट कर रहा ताकि आपां इस विषय ते तनाव बारे, स्ट्रैस बारे, टेंशन बारे जिहड़ा एक संवाद रचा सकीए, ते ये देखिए कि इहदे नाल की नुकसान हो सकते हैं ते की फायदे हो सकते हैं, जां ये तनाव जिहड़ा हैगा बिल्कुल ही खत्म होना चाहिए, जां ये तनाव जिहड़ा हैगा साडी जिंदगी दा एक अहम हिस्सा हैगा, जां सानूं किन्ना तनाव होना चाहिए। आप आम ही कहने यार फलाना बंदा टेंशन में है, फलाना बंदा स्ट्रैस में है, तो ये जे बहुत देर स्ट्रैस जानि के रवे तो वह की जड़ा है साढ़े मानसिक यानी कि मानसिक सेहत पर की असर पैंदा, साड़ी फिजिकल सेहत पर की असर पैंदा, तो साढ़े आले दुआले की असर पैंदा। ये साड़ी जड़ा स्ट्रैस हैगा, साड़ी बॉडी के कैमिकल जोड़े है उन्होंने किदा चेंज करता है, ये भी यानी कि मैं तुहाड़े तों सुनना चाहना, तो यू आप जोड़ा बहुत ज़्यादा स्ट्रैस हैगा वो किदा सू नुकसान करता, तो जो थोड़ा जहा स्ट्रैस हैगा उस कि जरूरी है, ये भी मैं थोड़े तो जानना चाहना, क्योंकि जे थोड़ा बहुत स्ट्रैस ना भी हो फिर अस कुछ भी नहीं करा, जो सूँ पता लगे मैं काम से जाना है तो उस चीज़ का स्ट्रैस है, तो फिर अस टाइम सर उठते हैं, टाइम सर तैयार होंगे, तो फिर असं काम से जाने है, काम से जाके साडा उत्थे काम करन दा जिहड़ा हैगा माहौल हैगा, यानी कि जां जो साडी जॉब है उहदा भी अपना एक स्ट्रैस हुंदा, उहदे भी कई गोल्स हुंदे है जिहड़े असीं प्राप्त करने हुंदे आ। साडी टैलीफोन लाइन जिहड़ियां खुल्लियां हैगियां, नंबर जिहड़ा हैगा यूके दा 0000300770246 है, तो जे तुसीं बाहर तो टैलीफोन कर रहे हैगे यूके तो बाहर, तो फिर तुहानूं 0044 नंबर लाउणा पऊगा, तो उस तो बाद 300770246 नंबर सारा कमाउणा पऊगा, क्योंकि जिहड़ा मैं समझदा लई असी आम ही देखते हैं बच्चों में भी जिहड़ा हैगा टेंशन है, बच्चों में भी स्ट्रैस है, जवानों में भी टेंशन है, स्ट्रैस है, तो उस तो बाद जिहड़े बजुर्ग हैगे आ उन्हां विच भी स्ट्रैस है, टेंशन है। इस टेंशन नूं असी किदां दूर कर सकते हैं, इस टेंशन की असी गोलियां खाई दूर करिए, यानी कि जां जिहड़ा हैगा कोई होर तरीके भी है कि असी नूं एक्सरसाइज नाल दूर कर सकते हैं, यानी कि जां जिहड़ी है चंगी संतुलित खुराक खा के असी जिहड़ा हैगा ठीक कर सकते हैं। तुहाडा अपना तजर्बा की है, मैं तुहाडे तों ही सुनना चाहना, क्योंकि मैं इसे करके बहुत छोटा लेख लैके आया सी अज्ज ताकि मैं तुहाडियां कॉल जिहड़ियां वध तों वध लै सकां, ते उहनां कॉल्स दे राहीं आपां इक संवाद रचा सकीए, मैं तुहाडियां गल्लां सुन सकां, ते तुसीं जिहड़ा हैगा अपने विचार मैनूं दस सको, तो साढ़े जो दर्शक है जां जो स्रोते लोग है वो साड़ियां गल्लां सुन सकन, शायद उन्होंने कोई किसी ना किसी तरीके फायदा हो जाए, क्योंकि आपको पता है कि इस मुल्क में भी बहुत सारे लोग जोड़े अंडर स्ट्रैस है, अंडर स्ट्रैस तो बाद जो है टेंशन होंगी है, टेंशन के नाल ही एक डिप्रैशन भी होंगे है। हैलो जी, कौन तो जी, कितों बोल रहे जी? हैलो जी डॉक्टर साहब, मैं सुखीर चंद चौहान बोल रहा बर्मिंघम तो। चौहान साहब तुहाडा वेलकम है, तुसीं की कहना चाहोगे स्ट्रैस बारे? देखो ये जीवन दे विच जरूर तनाव आउंदा, हाँ जी, क्योंकि ज्यों ज्यों बंदा जी उम्र हुंदी है, क्योंकि बच्चों तो गां वड्डा हुंदा हैगा, विद्यार्थी के तौर पर भी मैं पास हो जावां
ਵੱਡੀ ਤਾਂ ਗੱਲ ਇਹ ਹੈਗੀ ਆ ਵੀ ਜਿਹੜੀ ਤੰਦਰੁਸਤੀ ਇਹ ਬਹੁਤ ਜ਼ਰੂਰੀ ਆ। ਹਾਂਜੀ ਹਾਂਜੀ, ਕਿਉਂਕਿ ਜੇ ਤੁਹਾਡੇ ਸਰੀਰ ਤੰਦਰੁਸਤ ਆ ਫਿਰ ਤੁਹਾਡਾ ਮਾਇੰਡ ਵੀ ਤੰਦਰੁਸਤ ਆ। ਫਿਰ ਇੱਦਾਂ ਮੈਂ ਬਾਅਦ ਦੇ ਵਿੱਚ ਜਿਸ ਵੇਲੇ ਪੜ੍ਹਾਈ ਕਰਨ ਤੋਂ ਬਾਅਦ ਫਿਰ ਜੋਬ ਦਾ ਉਹ ਵੀ ਹੁੰਦਾ, ਪਰ ਬੜੀ ਤਾਂ ਗੱਲ ਹੈਗੀ ਆ ਵੀ ਤਣਾਅ ਨੂੰ ਘੱਟ ਕਰਨਾ ਚਾਹੀਦਾ। ਹਾਂਜੀ ਹਾਂਜੀ, ਕਿਉਂਕਿ ਜਿਹੜਾ ਮਤਲਬ ਇਹ ਜਿੱਦਾਂ ਹੁਣ ਆਪਾਂ ਦੇਖਦੇ ਹੈਗੇ ਹਾਂ ਵੀ ਜੇ ਤੁਸੀਂ ਵਰੀ ਕਰਦੇ ਆ ਉਹ ਵਰੀ ਕਰਨ ਨਾਲ ਕੋਈ ਸਮੱਸਿਆ ਤਾਂ ਹੱਲ ਹੁੰਦੀ ਨਹੀਂ, ਨਹੀਂ ਹੁੰਦੀ, ਕਿਉਂਕਿ ਉਹ ਤਾਂ ਸਮਾਂ ਵੱਧਦੀ ਹੈ। ਪਰ ਫਿਰ ਵੀ ਇਹ ਹੈਗਾ ਵੀ ਜਿਸ ਵੇਲੇ ਜਿਹੜਾ ਬੁੱਧ ਨੇ ਇਹਦੇ ਬਾਰੇ ਦੱਸਿਆ ਵੀ ਜਿਹੜਾ ਮੱਧ ਮਾਰ ਗਿਆ ਹੈ ਨਾ ਇਹ ਇਹਦਾ ਬਹੁਤ ਸਹਾਈ ਹੁੰਦਾ, ਜਿੱਦਾਂ ਏਟ ਫੋਲਡ ਪਾਥ ਵੀ ਜੀਵਨ ਦੇ ਵਿੱਚ ਜੇ ਆਪਾਂ ਉਹਨੂੰ ਅਪਲਾਈ ਕਰਦੇ ਹਾਂ ਤਾਂ ਤਣਾਅ ਦਾ ਘੱਟ ਸਕਦਾ। ਹਾਂਜੀ ਹਾਂਜੀ, ਪਰ ਬੜੀ ਤਾਂ ਗੱਲ ਆ ਵੀ ਦੇਖੋ ਹੁਣ ਜਿਹੜੇ ਕਈ ਬੰਦੇ ਆ ਉਹਨਾਂ ਕੋਲ ਪੈਸੇ ਵੀ ਆ ਜਾਂਦੇ ਆ, ਹਾਂਜੀ ਹਾਂਜੀ, ਤੇ ਉਹ ਫੇਰ ਵੀ ਤਣਾਅ, ਉਹ ਕਹਿੰਦੇ ਹੋਰ ਪੈਸੇ ਹੋਣੇ ਚਾਹੀਦੇ ਆ, ਜਿਹੜਾ ਜ਼ਮੀਨ ਲੈਂਦਾ ਉਹ ਕਹਿੰਦਾ ਮੇਰੇ ਕੋਲ ਹੋਰ ਜ਼ਮੀਨ ਚਾਹੀਦੀ ਹੈ। ਕਿਉਂਕਿ ਇਹ ਹੈਗੀ ਆ ਵੀ ਜਿਹੜਾ ਦੇਖੋ ਜਿਹੜਾ ਜੇ ਆਪਣੀ ਖੁਸ਼ੀ ਹੋ ਗਈ ਆ ਤਾਂ ਉਹ ਖੁਸ਼ੀ ਦੂਸਰਿਆਂ 'ਚ ਵੰਡਣੀ ਚਾਹੀਦੀ ਆ, ਕਿਉਂਕਿ ਜਿੱਦਾਂ ਦੂਸਰਿਆਂ ਦੇ ਭਲੇ ਲਈ ਵਿੱਦਿਆ ਜਿਹੜੀ ਆ ਉਹ ਸਾਰਿਆਂ 'ਚ ਹੋਣੀ ਚਾਹੀਦੀ ਆ, ਸਿਹਤ ਸਾਰਿਆਂ ਦੀ ਚੰਗੀ ਹੋਣੀ ਚਾਹੀਦੀ ਹੈ। ਫਿਰ ਵੱਡੀ ਤਾਂ ਗੱਲ ਆ ਵੀ ਤੁਸੀਂ ਇੱਦਾਂ ਦਾ ਕੋਈ ਕੰਮ ਨਾ ਕਰੇ ਜਿਹੜਾ ਜਿਹਦੇ ਨਾਲ ਦੂਸਰਿਆਂ 'ਚ ਤਣਾਅ ਪਵੇ। ਹਾਂਜੀ ਹਾਂਜੀ, ਕਿਉਂਕਿ ਜਿਹੜਾ ਜਿਹੜੀ ਹੈਪੀਨੈਸ ਬਹੁਤ ਜ਼ਰੂਰੀ ਹੈ। ਹਾਂਜੀ ਹਾਂਜੀ, ਹੈਪੀਨੈਸ ਤਦੇ ਹੋਊਗੀ ਵੀ ਜੇ ਅੰਡਰਸਟੈਂਡਿੰਗ ਹੋਊਗੀ ਪਰਿਵਾਰ ਦੇ ਵਿੱਚ ਔਰ ਬਾਕੀ ਜਿੱਥੇ ਤੁਸੀਂ ਰਹਿੰਦੇ ਆ। ਔਰ ਬਾਕੀ ਹੁਣ ਦੇਖੋ ਵੀ ਜਿਸ ਵੇਲੇ ਲੜਾਈ ਝਗੜੇ ਹੁੰਦੇ ਆ ਮੁਲਕਾਂ ਦੇ ਤੇ ਕੋਈ ਬਿਮਾਰੀ ਆਉਂਦੀ ਫਿਰ ਤਾਂ ਤਣਾਅ ਆਉਂਦਾ ਹੀ ਆਉਂਦਾ। ਹਾਂਜੀ ਹਾਂਜੀ, ਜਿੱਦਾਂ ਹੁਣ ਆ ਕੋਵਿਡ-19 ਦਾ ਦੇਖੋ ਕਿੰਨਾ ਪਿਆ ਹੈ, ਜੇ ਕਿਸੇ ਨੂੰ ਪਤਾ ਸੀ ਵੀ ਇੱਦਾਂ ਹੋਣਾ ਹੈਗਾ ਫਿਰ ਜੇ ਕੋਈ ਵੀ ਲੜਾਈ ਹੁੰਦੀ ਆ ਉਹਦਾ ਬਹੁਤ ਤਣਾਅ ਹੁੰਦਾ। ਪਰ ਬੜੀ ਤਾਂ ਗੱਲ ਹੈਗੀ ਆ ਵੀ ਤਣਾਅ ਜਿਹੜਾ ਆ ਇਹਨੂੰ ਘੱਟ ਕੀਤਾ ਜਾ ਸਕਦਾ। ਪਰ ਇਹ ਆਪਣਾ ਚੌਹਾਨ ਸਾਹਿਬ ਤਣਾਅ ਇਸ ਕਰਕੇ ਵੀ ਹੈ ਜੇ ਡਿਸਕ੍ਰਿਮੀਨੇਸ਼ਨ ਤੁਹਾਡਾ ਹੁੰਦੀ ਹੈ ਕਿਸੇ ਕਾਰਨ ਕਰਕੇ ਵੀ, ਚਾਹੇ ਜਾਤ ਪਾਤ ਕਰਕੇ, ਚਾਹੇ ਬੀਇੰਗ ਅ ਵੂਮਨ। ਬਹੁਤ ਦੇਖੋ ਜਾਤ ਤੁਹਾਡਾ ਅਪਮਾਨ ਹੁੰਦਾ। ਹਾਂ, ਕਿਉਂਕਿ ਦੇਖੋ ਬੜੀ ਤਾਂ ਗੱਲ ਇਹ ਹੈਗੀ ਆ ਵੀ ਆਪਾਂ ਇਹਨਾਂ ਅੱਗੇ ਵੀ ਡਿਸਕਸ ਕਰਦੇ ਰਹਿੰਦੇ ਹਾਂ ਵੀ ਜਦ ਕੋਈ ਵਿਤਕਰਾ ਹੁੰਦਾ, ਹੁਣ ਇੱਥੇ ਦੇਖੋ ਪਹਿਲਾਂ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਕਿੰਨਾ ਸੀਗਾ ਜੋਬਾਂ ਦੇ ਵਿੱਚ, ਹਰੇਕ ਜਗ੍ਹਾ ਸੀਗਾ, ਪਰ ਹੁਣ ਉਹਦਾ ਲੋਕਾਂ ਨੇ ਸੰਘਰਸ਼ ਕੀਤਾ ਤਾਂ ਹੱਲ ਹੋ ਗਿਆ। ਹੁਣ ਤੁਸੀਂ ਦੇਖੋ ਵੀ ਇੱਥੇ ਤਾਂ ਕਿੰਨੇ ਮਿਨਿਸਟਰ ਆ ਆਪਣੇ। ਹਾਂਜੀ ਹਾਂਜੀ, ਪਹਿਲਾਂ ਕਦੇ ਸੁਣਿਆ ਸੀ? ਬਿਲਕੁਲ ਬਿਲਕੁਲ, ਕਿਉਂਕਿ ਦੇਰ ਦੀ ਗੱਲ ਆ ਵੀ ਮੈਂ ਇਹ ਜਾਣੀ ਦੇਰ ਦੀ ਗੱਲ ਆ 67 ਦੀ, ਉਦੋਂ ਬਹੁਤ ਸੀਗਾ। ਉਦੋਂ ਜਾਣੀ 2 MP ਇੱਥੇ ਗੁਰਦੁਆਰੇ 'ਚ ਗਏ। ਹਾਂਜੀ, ਉਹ ਕੋਈ ਵੈਡਿੰਗ 'ਤੇ ਉਹਨਾਂ ਨੂੰ ਸੱਦਿਆ ਸੀ ਤਾਂ ਉਹ ਨਹੀਂ ਜਾਣੀ, ਹੁਣ ਗੁਰਦੁਆਰੇ ਜਾ ਕੇ ਤਾਂ ਤੁਹਾਨੂੰ ਸਿਰ ਢੱਕਣਾ ਪੈਣਾ ਸੀ। ਤੇ ਜਿੱਦਾਂ ਇੱਥੇ ਆਪਾਂ ਸ਼ੂ ਲਾ ਕੇ ਜਾਂਦੇ ਹਾਂ, ਕਈ ਅਖਬਾਰਾਂ ਨੇ ਬਹੁਤ ਬੁਰਾ ਮਨਾਇਆ, ਕਿਉਂਕਿ ਜਿਹੜੀਆਂ ਅਖਬਾਰਾਂ ਵੀ ਕਈ ਉਹ ਇੱਦਾਂ ਦਾ ਭੇਦਭਾਵ ਕਰਦੀਆਂ। ਬਿਲਕੁਲ, ਅਖਬਾਰਾਂ ਵੀ ਤਾਂ ਚਲਾਉਂਦੇ ਆ। ਨਹੀਂ ਨਹੀਂ, ਉਹ ਜਾਣੀ ਉਹ ਨਹੀਂ ਲਿਖਿਆ, ਦੇਖੋ ਜੀ ਵੀ ਆਪਣੇ ਹੀ ਮੁਲਕ ਦੇ ਵਿੱਚ ਦੇਖੋ ਲੋਕ ਕਿੱਦਾਂ ਕਰ ਰਹੇ। ਹੁਣ ਉਹ ਦੇਖੋ ਵੀ ਹੁਣ ਜਿਹੜਾ ਸਮਾਂ ਬਦਲ ਗਿਆ, ਹੁਣ ਤਾਂ ਤੁਸੀਂ ਦੇਖੋ ਵੀ ਜਗ੍ਹਾ ਜਗ੍ਹਾ ਤੇ ਕਿੱਦਾਂ ਤਬਦੀਲੀ ਆਈ ਹੈ। ਬਿਲਕੁਲ ਬਿਲਕੁਲ, ਪਰ ਇਹ ਜਿਹੜਾ ਤਣਾਅ ਜਿਹੜਾ ਆ ਇਹਨੂੰ ਜਾਣੀ ਘੱਟ ਕਰਨ ਦਾ ਜਾਂ ਜਾਣੀ ਮਤਲਬ ਇਹ ਮੈਂ ਜਾਣੀ ਅਪਲਾਈ ਕਰਦਾ ਵੀ ਮੈਂ ਰੋਜ਼ 5 ਮਿੰਟ ਸਾਧਨਾ ਕਰਦਾ। ਅੱਛਾ ਜੀ, ਅੱਛਾ, ਜਾਣੀ ਮੈਂ ਆਪਣਾ ਇਹ ਨਿਯਮ ਬਣਾਇਆ ਵੀ ਕਿੱਥੋਂ ਤੁਹਾਨੂੰ ਤਣਾਅ ਹੁੰਦਾ ਜਾਂ ਕਿੱਦਾਂ, ਪਰ ਉਹ ਜਦ ਮੈਂ ਇੱਦਾਂ ਸਾਧਨਾ ਕਰਦਾ ਤਾਂ ਉਹ ਫਿਰ ਮੈਨੂੰ ਉਹਦੇ ਹੱਲ ਲੱਭਦੇ ਵੀ ਮੈਨੂੰ ਆਹ ਚੀਜ਼ ਜਿਹੜੀ ਆ ਜੇ ਮੈਂ ਕਰਾਂ ਜਾਂ ਮੈਂ ਤਾਂ ਉਹ ਹੱਲ ਹੋ ਜਾਂਦੀ ਹੈ। ਪਰ ਉਹ ਜਦ ਸੋਚਦੇ ਫਿਰ ਇਹ ਹੋਣਾ। ਹਾਂਜੀ ਬਿਲਕੁਲ ਬਿਲਕੁਲ, ਕਿਉਂਕਿ ਜਿੱਦਾਂ ਹੁਣ ਵਿਦਿਆਰਥੀ ਆ ਜੇ ਉਹਨਾਂ ਦੇ ਐਗਜ਼ਾਮ ਆ ਉਹ ਜੇ ਉਹ ਆਪਣਾ ਮਾਇੰਡ ਨਾਲ ਕੰਸੈਂਟਰੇਟ ਕਰਨਗੇ ਤਾਂ ਫਿਰ ਤਦੇ ਹੀ ਉਹ ਪਾਸ ਹੋਣਗੇ ਜਾਂ ਚੰਗਾ ਰਿਜ਼ਲਟ ਆਊ। ਇਸ ਕਰਕੇ ਹੁਣ ਜੇ ਮਤਲਬ ਐਗਜ਼ਾਮ ਜਦ ਹੁੰਦੇ ਤਾਂ ਬਹੁਤ ਤਣਾਅ ਹੁੰਦਾ। ਬਿਲਕੁਲ ਹੁੰਦਾ, ਬਿਲਕੁਲ ਹੁੰਦਾ। ਇਹ ਨਹੀਂ ਜਾਣੀ ਉਹ ਦੇਖੋ ਵੀ ਚਾਹੀਦਾ ਵੀ ਜੇ ਕੋਈ ਮੈਂ ਸੁੱਖ ਸੁੱਖਾਂ ਵੀ ਪਾਸ ਹੋਵਾਂ। ਅੱਛਾ, ਇਹ ਸੁੱਖਾਂ ਸੁੱਖਾਂ ਨਾਲ ਵੀ ਗੱਲ ਬਣ ਜਾਂਦੀ ਜੀ ਕਿ ਨਹੀਂ? ਨਹੀਂ ਨਹੀਂ ਨਹੀਂ, ਦੇਖੋ ਇਹ ਗਲਤ ਰਸਤਾ ਹੈ। ਦੇਖੋ ਜਿਹੜਾ ਇਹ ਤਾਂ ਮੈਂ ਦੇਖਿਆ ਵੀ ਮੈਂ ਖੁਦ ਜਾਣੀ ਬਹੁਤ ਇਹ, ਕਿਉਂਕਿ ਜਦ ਪੜ੍ਹਦੇ ਸੀ ਤਾਂ ਕਹਿਣਾ ਜੀ ਵੀ ਕੋਈ ਸੁੱਖ ਸੁੱਖ ਲਓ ਪਾਸ ਹੋ ਜਾਈਏ। ਅੱਛਾ, ਤਾਂ ਉਹ ਕਰਦੇ ਆ ਲੋਕ ਇੱਦਾਂ।
ਪਰ ਉਹ ਗਲਤ ਹੈ। ਜੇ ਹੁਣ ਇੱਦਾਂ ਕਰੇ ਫਿਰ ਤਾਂ ਤਨ ਦੀ ਲੋੜ ਹੀ ਨਹੀਂ ਹੈਗੀ। ਨਾ ਕਈ ਤਾਂ ਇਹ ਵੀ ਕਹਿੰਦੇ ਅਰਦਾਸ ਕਰਾ ਲਓ, ਉਹ ਅਰਦਾਸ ਵੀ ਹੈਗੀ ਆ 50 ਕੁੰਡਾਂ ਦੀ ਵੀ, 100 ਦੀ ਵੀ, 200 ਦੀ ਵੀ, ਹੋਰ ਬਹੁਤ ਕੁਛ ਕਹਿੰਦੇ ਆ। ਹਾਂਜੀ ਹਾਂਜੀ, ਹੁਣ ਤੁਸੀਂ ਦੇਖੋ ਵੀ ਇੱਥੇ ਜਿਹੜੇ ਆਪਣੇ ਪੰਜਾਬ ਤੋਂ ਕਿੰਨੇ ਲੋਕ ਬਾਹਰ ਆਉਂਦੇ ਆ, ਬਿਲਕੁਲ ਉਹ ਜਿਹੜਾ ਸਹੀ ਤਰੀਕਾ ਹੋ ਰਿਹਾ ਪਰ ਉਹਨਾਂ ਨੂੰ ਜਿਹੜਾ ਗਲਤ ਤਰੀਕੇ ਨਾਲ ਹੋ ਰਿਹਾ ਵੀ ਤੁਸੀਂ ਉੱਥੇ ਮੱਥਾ ਟੇਕੋ ਤਾਂ ਤੁਹਾਡਾ ਰੁਕਾਵਟ ਨਹੀਂ ਪਊਗੀ, ਆਹ ਕਰੋ ਤਾਂ ਉਹ ਤਾਂ ਸਾਰਾ ਲੁੱਟਣ ਵਾਲੀਆਂ, ਉਹ ਤੁਹਾਡਾ ਬਿਲਕੁਲ ਹੀ ਤੁਸੀਂ ਮਾਰ ਗਏ ਜਾਣੀ ਉਲਟ ਹੋ ਜਾਂਦਾ। ਨਾ ਕਈ ਤਾਂ ਲੋਕਾਂ ਦਾ ਇੱਥੇ ਚਾਹੇ ਹਾਰਟ ਦਾ ਆਪਰੇਸ਼ਨ ਹੋਇਆ ਹੈਗਾ, ਯਾਨੀ ਕਿ ਜਾਂ ਕੋਈ ਹੋਰ ਸੀਰੀਅਸ ਆਪਰੇਸ਼ਨ ਹੋਇਆ ਹੈਗਾ, ਅਤੇ ਉਹ ਤਾਂ ਡਾਕਟਰਾਂ ਨੇ ਕੀਤਾ ਇੰਨੀ ਮਿਹਨਤ ਕਰਕੇ, ਅਤੇ ਉਹਨਾਂ ਨੇ ਫੋਟੋ ਉੱਥੇ ਬਾਬਿਆਂ ਸਾਹਿਬਾਂ ਦੀ ਰੱਖੀਆਂ ਹੁੰਦੀਆਂ ਨਾਲ ਉੱਥੇ। ਨਹੀਂ ਨਹੀਂ ਉਹ ਫਿਰ ਨਾਲ ਦੇਖੋ ਬੜੀ ਤਾਂ ਗੱਲ ਆ, ਦੇਖੋ ਹੁਣ ਇੱਥੇ ਨੈਸ਼ਨਲ ਹੈਲਥ ਸਰਵਿਸ ਆ। ਹਾਂਜੀ ਹਾਂਜੀ ਹਾਂਜੀ, ਉਹ ਸਰਕਾਰ ਨੂੰ ਕਿੰਨਾ ਉਹਦੇ ਵਿੱਚ ਪੈਸਾ ਰੱਖਣਾ ਪੈਂਦਾ, ਔਰ ਲੋਕ ਕੁਐਸਚਨ ਵੀ ਕਰਦੇ ਆ ਵੀ ਵੇਟਿੰਗ ਲਿਸਟ ਘੱਟ ਹੋਵੇ। ਹਾਂਜੀ 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 ਹਾਂਜੀ, ਹੁਣ ਦੇਖੋ ਜਿਹੜੀ ਤਣਾਅ ਦੀ ਆਪਾਂ ਗੱਲ ਕਰਦੇ ਹਾਂ ਵੀ ਜੇ ਕਿਸੇ ਨੂੰ ਡਾਇਗਨੋਸ ਹੋ ਗਿਆ ਤੈਨੂੰ ਆਹ ਨੁਕਸ ਆ, ਹਾਂ ਬਿਲਕੁਲ, ਉਹ ਫਿਰ ਤੁਹਾਨੂੰ ਉਹ ਫਿਕਰ ਰਹਿੰਦਾ ਵੀ ਮੇਰਾ ਹੋ ਵੀ ਜਾਊ ਠੀਕ, ਪਰ ਉਹ ਇਹ ਨਹੀਂ ਵੀ ਉਹ ਕੋਈ ਤੁਹਾਡੀ ਅਰਦਾਸ ਕਰਨਾ ਹੋਣਾ ਠੀਕ ਜਾਂ ਕਿੱਦਾਂ ਹੋਣਾ, ਉਹ ਤਾਂ ਇੱਦਾਂ ਹੈਗੀ ਵੀ ਇੱਥੇ ਹੁਣ ਵੇਟਿੰਗ ਲਿਸਟ ਦੇ ਬਾਰੇ ਜ਼ੋਰ ਪਾਉਂਦੇ ਵੀ ਇੰਨੀ ਹੋਣੀ ਨਹੀਂ ਚਾਹੀਦੀ। ਬਿਲਕੁਲ, ਨਹੀਂ ਕਈ ਕਈ ਆਪਣੇ ਚੌਹਾਨ ਸਾਹਿਬ ਕਹਿੰਦੇ ਨੇ ਵੀ ਉਹ ਨਗ ਨੁਗ ਪਾ ਲਓ, ਯਾਨੀ ਕਿ ਜਾਂ ਪਾਣੀ ਮਣਸ ਮੁਣਸ ਲਓ ਜਾਂ ਕੋਈ ਟੂਣਾ ਟਾਣਾ ਕਰ ਦਿਓ, ਉਹਦਾ ਵੀ ਗੱਲ ਬਣ ਸਕਦੀ ਕਿ ਨਹੀਂ? ਨਹੀਂ ਨਹੀਂ ਬਿਲਕੁਲ ਨਹੀਂ, ਉਹ ਤਾਂ ਦੇਖੋ ਕਿਉਂਕਿ ਜੋ ਹੁਣ ਇੱਥੇ ਦੇਖੋ ਜਿਹੜੀ ਸਿਹਤ ਸਹੀ ਹੋਣ ਦੇ ਲਈ, ਹਾਂਜੀ ਹਾਂਜੀ, ਇਹ ਜਿਹੜੀ ਨੈਸ਼ਨਲ ਹੈਲਥ ਸਰਵਿਸ ਜਿਹੜੀ ਹੈ ਕਿੱਦਾਂ ਹੋਣ ਦੇ ਵਿੱਚ ਆਈ ਆ, ਕਿਉਂਕਿ ਆਹ ਆਪਾਂ ਹੁਣ ਦੇਖੋ ਆਹ ਜਿਹੜਾ ਮੌਲਕ ਮਹਾਨ ਬਣਿਆ, ਹੁਣ ਇੱਥੇ ਸਾਰੀ ਦੁਨੀਆਂ ਤੋਂ ਲੋਕ ਇੱਥੇ ਨੂੰ ਆਉਣਾ ਚਾਹੁੰਦੇ ਆ, ਬਿਲਕੁਲ ਇਹ ਸੰਘਰਸ਼ ਨਾਲ ਬਣਿਆ। ਹਾਂਜੀ 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 ਹਾਂਜੀ, ਲੋਕਾਂ ਨੇ ਜੱਦੋ ਜਹਿਦ ਕੀਤੀ ਕਿਉਂਕਿ ਪਹਿਲਾਂ ਇੱਥੇ ਵੀ ਬਹੁਤ ਬਿਮਾਰੀਆਂ ਸੀ, ਸਿਗੀਆਂ ਬਹੁਤ ਸੀ, ਬਿਲਕੁਲ, ਕਿਉਂਕਿ ਹੁਣ ਜਿਹੜਾ ਅਮੀਰ ਆ ਉਹ ਤਾਂ ਇਲਾਜ ਕਰਾ ਸਕਦਾ, ਗਰੀਬ ਕੋਲ ਜੇ ਪੈਸੇ ਹੋਣ ਤਾਂ ਤਦੇ ਹੀ ਆ, ਪਰ ਇੱਥੇ ਜਿਹੜੀ ਨੈਸ਼ਨਲ ਹੈਲਥ ਸਰਵਿਸ ਆ ਇਹਦਾ ਬਹੁਤ ਵੱਡਾ ਯੋਗਦਾਨ ਹੈ। ਬਿਲਕੁਲ ਬਿਲਕੁਲ, ਫਿਰ ਉਹ ਦੇਖੋ ਕਿੰਨੀ ਜਾਣੀ ਤਰੱਕੀ ਕਰ ਲਈ ਆ ਵੀ ਜਦ ਉਹ ਦੱਸਦੇ ਆ ਨਾ ਤੁਹਾਡੀ ਕੋਈ ਸਰਜਰੀ ਹੋਣੀ ਆ, ਉਹ ਤੁਹਾਨੂੰ ਪਹਿਲਾਂ ਦੱਸਦੇ ਆ ਵੀ ਮੇਰਾ ਬਹੁਤ ਲੋਕਾਂ ਨਾਲ ਵਾਹ ਪਿਆ ਵੀ ਇਹ ਕਿੰਨਾ ਸਕਸੈਸ ਰੇਟ ਆ। ਬਿਲਕੁਲ ਸਾਰਾ ਦੱਸਦੇ ਜੀ, ਉਹ ਸਾਰਾ ਦੱਸਦੇ ਵੀ ਪਹਿਲਾਂ ਕਿੰਨਾ ਸੀ ਹੁਣ ਕਿੰਨਾ ਹੈ, ਉਹ ਪਹਿਲਾਂ ਅੱਗੇ ਕੋਈ ਹੱਟ ਦੀਆਂ ਇੰਨੀ ਸਰਜਰੀ ਹੁੰਦੀਆਂ ਸੀ ਕਿਤੇ? ਨਹੀਂ ਬਿਲਕੁਲ ਨਹੀਂ ਸੀ, ਬਿਲਕੁਲ ਨਹੀਂ, ਹੁਣ ਤਾਂ ਬਹੁਤ ਬਚਾਅ ਹੋ ਰਿਹਾ। ਇਹ ਤੋਂ ਬਿਨਾਂ ਵੀ ਆਪਣਾ ਚੌਹਾਨ ਸਾਹਿਬ, ਯਾਨੀ ਕਿ ਜਿਹੜਾ ਇਹ ਤਣਾਅ ਹੈਗਾ, ਸਟ੍ਰੈਸ ਹੈਗਾ, ਇਹਦੇ ਨਾਲ ਹੀ ਫਿਰ ਡਿਪਰੈਸ਼ਨ ਬਣਦਾ ਹੈਗਾ, ਡਿਪਰੈਸ਼ਨ ਤੋਂ ਬਾਅਦ ਯਾਨੀ ਕਿਹੜਾ ਹੈਗਾ ਕ੍ਰੋਨਿਕ ਡਿਪਰੈਸ਼ਨ ਬਣਦਾ ਹੈਗਾ। ਨਹੀਂ ਨਹੀਂ ਉਹ ਬੰਦਾ ਦੇਖੋ ਪਹਿਲਾਂ ਤਾਂ ਬੜੀ ਗੱਲ, ਜਦ ਤੁਹਾਡਾ ਤਣਾਅ ਤੁਹਾਨੂੰ ਹੁੰਦਾ ਫਿਰ ਤੁਹਾਡਾ ਮਨ ਸ਼ਾਂਤ ਨਹੀਂ ਹੁੰਦਾ, ਬਿਲਕੁਲ ਨਹੀਂ ਹੁੰਦਾ, ਯੈਸ, ਫਿਰ ਨੀਂਦ ਵੀ ਘੱਟ ਆਉਂਦੀ ਹੈ। ਹਾਂਜੀ ਹਾਂਜੀ, ਕਿਉਂਕਿ ਉਹ ਜਿਹੜਾ ਤਣਾਅ ਜਿਹੜਾ ਆ, ਔਰ ਵੱਡੀ ਤਾਂ ਗੱਲ ਆ ਵੀ ਦੇਖੋ ਇੱਦਾਂ ਦੀ ਗੱਲ ਨਹੀਂ ਹੈਗੀ ਵੀ ਹੁਣ ਜੇ ਇੱਥੇ ਤਾਂ ਦੇਖੋ ਵੀ ਤੁਹਾਨੂੰ ਡਾਇਗਨੋਸ ਕਰਕੇ ਸਾਰਾ ਕੁਛ ਦੱਸ ਦਿੰਦੇ, ਫਿਰ ਜੇ ਅਸੀਂ ਤਣਾਅ ਕਰਦੇ ਹਾਂ ਤਾਂ ਬਲੱਡ ਪ੍ਰੈਸ਼ਰ ਵੀ ਵੱਧਦਾ, ਬਲੱਡ ਪ੍ਰੈਸ਼ਰ ਵੱਧਦਾ, ਹਾਰਟ ਦੀਆਂ ਬਿਮਾਰੀਆਂ ਵੱਧਦੀਆਂ ਹੈਗੀਆਂ, ਨਹੀਂ ਹੋ ਵੱਧਦਾ। ਹਾਂਜੀ ਹਾਂਜੀ, ਅਤੇ ਪਰ ਹੈਗੀ ਆ ਵੀ ਦੇਖੋ ਜਿਹੜੀ ਇੱਥੇ ਦਾ ਇਵੇਂ ਬਹੁਤ ਜਿਹੜੇ ਜੇ ਤੁਹਾਡਾ GP ਚੰਗਾ ਹੈ ਨਾ ਕਿ GP ਵੀ ਕਈ ਵਾਰੀ ਤੁਹਾਨੂੰ ਗਲਤ ਦੱਸ ਦਿੰਦੇ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਉਹ ਜੇ GP ਪੂਰੀ ਤਰ੍ਹਾਂ ਡਾਇਗਨੋਸ ਕਰਦਾ, ਹੁਣ ਪਹਿਲਾਂ ਦੇਖੋ ਜਿਹੜੇ ਬਲੱਡ ਟੈਸਟ ਆ ਉਹ ਕਈ ਉਹਦੇ ਵਿੱਚ ਵੀ ਹੁਣ ਉਹਨੇ ਕਿਹਾ ਵੀ ਉਹ ਕਈ ਜਗ੍ਹਾ ਉਹ 3 ਜਗ੍ਹਾ ਨੂੰ ਭੇਜਦੇ ਆ। ਹਾਂਜੀ ਹਾਂਜੀ, ਵੀ ਬਲੱਡ ਟੈਸਟ ਉਹ ਸੇਮ ਹੈਗਾ ਵੀ ਕਿਤੇ ਗਲਤੀ ਤਾਂ ਨਹੀਂ ਹੋਏ, ਉਹ ਡਾਇਗਨੋਸ ਤਾਂ ਉੱਤੇ ਹੀ ਹੋਣਾ। ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ, ਔਰ ਫਿਰ ਹੈ ਨਾ ਜਿਹੜੀ ਕੋਈ ਉੱਥੇ ਕਿਸੇ ਨੂੰ ਖਾਸ ਬਿਮਾਰੀ ਆ ਉਹਲੇ ਉਹ ਸਪੈਸ਼ਲੀ ਕਹਿੰਦੇ ਆ ਵੀ ਇਹਦੇ ਬਾਰੇ ਦੱਸੋ, ਇੱਦਾਂ ਹੀ ਜਿੱਦਾਂ ਓਸਟੀਓਪਰੋਸਿਸ ਆ। ਹਾਂਜੀ ਹਾਂਜੀ ਹਾਂਜੀ, ਉਹ ਜਾਣੀ ਜਦ ਉਹਦਾ ਟੀਕਾ ਲੱਗਦਾ ਤਾਂ ਉਹ ਦੇਖੋ ਮੈਂ ਇਹ ਦੱਸਣਾ ਚਾਹੁੰਦਾ ਵੀ ਲੋਕਾਂ ਨੂੰ ਥੋੜ੍ਹਾ ਬਹੁਤਾ ਗਿਆਨ ਹੋਣਾ ਚਾਹੀਦਾ ਵੀ ਜਿਹੜਾ ਓਸਟੀਓਪਰੋਸਿਸ ਆ ਉਹ ਜਾਣੀ ਜਦ ਹੱਡੀਆਂ ਕਮਜ਼ੋਰ ਪਹਿਲਾਂ ਔਰਤਾਂ ਦੀਆਂ ਹੁੰਦੀਆਂ, ਹਾਂਜੀ ਹਾਂਜੀ ਹਾਂਜੀ, ਬੰਦਿਆਂ ਦੀਆਂ ਬਾਅਦ 'ਚ ਹੁੰਦੀਆਂ, ਪਰ ਉਹ ਜਦ ਡਾਇਗਨੋਸ ਹੋ ਜਾਂਦਾ ਤਾਂ ਹੁਣ ਜੇ ਆਪਾਂ ਪਹਿਲਾਂ ਤੋਂ ਚੰਗੀ ਖੁਰਾਕ ਖਾਂਦੇ ਹਾਂ ਫਿਰ ਹੱਡੀਆਂ ਨੂੰ ਵੀ ਤਾਕਤ ਮਿਲਦੀ। ਇੱਦਾਂ ਹੈ ਜੀ, ਇੱਦਾਂ ਹੈ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਵੀ ਖੁਰਾਕ ਕੀ ਖਾਣੀ ਹੈ, ਆਵਾ ਗਾਉਣ ਹੋਰ ਚੀਜ਼ਾਂ, ਉਹਨਾਂ ਦੇ ਵਿੱਚ ਤਾਂ ਹੁੰਦਾ ਹੀ ਨਹੀਂ ਕੁਛ ਵੀ। ਇਸ ਤੋਂ ਬਿਨਾਂ ਵੀ ਅਸੀਂ ਆਪਣੀ ਬੋਡੀ ਨੂੰ ਬੜਾ ਢੱਕ ਕੇ ਵੀ ਰੱਖਦੇ ਹੈਗੇ, ਵਿਟਾਮਿਨ D ਨਹੀਂ ਮਿਲਦਾ, ਵਿਟਾਮਿਨ D ਖਾਂਦੇ ਨਹੀਂ ਹੈਗੇ ਉਹ, ਪਰ ਫਿਰ ਵੀ ਉਹ ਜਿਹੜਾ ਹੈਗਾ ਆ ਉਹ ਨਾਲ ਦੀ ਨਾਲ ਜਦ ਤੁਹਾਡੇ ਟੀਕਾ ਲੱਗਦਾ ਹੈਗਾ ਉਦੋਂ ਹੀ ਤੁਹਾਡਾ ਬਲੱਡ ਟੈਸਟ ਕਰਦੇ ਆ। ਹਾਂਜੀ ਹਾਂਜੀ, ਬਾਕੀ ਇਹ ਹੈਗੀ ਆ ਵੀ ਇੱਕ ਜਿਹੜਾ ਤਣਾਅ ਆ ਇਹ ਤੁਸੀਂ ਜੇ ਲੋਕਾਂ ਦੇ ਵਿੱਚ ਪਿਆਰ ਨਾਲ ਰਹਿੰਦੇ ਆ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਜੇ ਤੁਸੀਂ ਉਹਨਾਂ ਹੀ ਲੋਕਾਂ ਨਾਲ ਬਹਿੰਦੇ ਜਿਹੜੇ ਲੜਾਈ ਝਗੜੇ ਕਰਦੇ ਆ ਤਾਂ ਫਿਰ ਤਾਂ ਤਣਾਅ ਹੋਣਾ ਹੀ ਹੈ। ਬਿਲਕੁਲ ਬਿਲਕੁਲ ਬਿਲਕੁਲ,
क्योंकि जेडे हुण इत्थे देखो ये जेडे समाज दे विच ज्यादा मिलदे आ किद्दां इन्हां दे स्माइल करदे आ इदां ही जी इदां ही बोल चाल चंगी आ तुसीं जिथे जिम जाओ लाइब्रेरी जाओ किते भी जाओ तां ये लोकां दे बिलकुल ये तां चेहरे तों पता लग जांदा इदां ही जी इदां ही पर हुण आपणां देखो जद अपने जेडे ज्यादा लोक आ देखो जी अमीरी गरीबी चलो है पर ओदा समाजिक तौर ते तो बराबर समझना चाहिए है अपने विचार अपने साझे किए तनाव बारे स्ट्रेस बारे की कहना चाहते तो मैं गल जान के सुननी चाहना तनाव के नाल जो है बहुत सारा जरा खराबियां होंगे है मानसिक तौर पर बहुत बुरी तरह सा खिलवाड़ हों तो उस नाल सानू बहुत सारिया मानसिक बीमारियां लगदियां हैगियां डिप्रैशन जाने के होता है खास करके औरतां जिहड़ियां हैगियां देखण विच सर्वे विच ये भी आया हैगा भी औरतों में जो डिप्रैशन हैगा उहदी फिगर डबल है आदमियों नाल उहदा कारण जाने के अके है क्योंकि असीं उन्हां नूं बराबर दा दर्जा नहीं दिंदे हैगे। हैलो जी कौन ते जी कित्थों बोल रहे हैं जी? मैं जी प्याला बंगड़ बोल रहे हैं जी। बंगड़ साहब तुसीं स्ट्रैस बारे की कहना चाहोगे? हाँ जी नमस्कार, नमस्कार साहब और जयगुरुदेव जी। जयगुरुदेव जी बारे दो क्लीना मैं हुने लिखिया। हाँ कोई नहीं, करो आप सारी गल कर दे। हाँ, हाँ, सजनो हाँ, खाम खादी बेलोड़ी हाँ, स्ट्रेस बुरी ए आत्मकाती जेन ते चलाउंदी छुरी किरने क्यों निगुणिया भंबरां दी बेड़ी ओ चिंता चिखा समान प्यारे रख चिंता तो दूरी स्ट्रेस तो दूरी। देखो दो प्रकार के इंसान वा एक है नेगेटिव एक है पॉजिटिव। जेडे इंसान नेगेटिव दी मार च आ जांदे आ ओ किद्दां आउंदे आ? कई बार इदां हुंदा कि असीं अपनी जेडी मंजिल वा उहनूं उच्ची छाल मारदे आ उत्थे पहुंचण दी साडे विच ना सानूं जात हुंदी आ ना पहुंच सकदे आ फिर असीं चिंता करन लग पैंदे क्योंकि उत्थे सफल नहीं हो रहे हुंदे। इह कारण बणदा जदों टेंशन इंसान नूं हुंदी आ ते मानसिक तनाव वधदा नैचुरली तो फिर ये डिप्रैशन भी बन सकता है। हाँ जी यही जिहड़ी तुसीं है ना सब्जेक्ट लैंदा आ एक बहुत गंभीर होया देश दे विच बहुत लोग स्ट्रेस दे मारे हो डिप्रैशन दे मारे हो गोलियां खांदे आ बुरे हालात वा उन्हें अपने आप ही यह बहुत आने ते बीमारी अपने आप ही पाई आ फिर इहनूं बचाउण लई बंगड़ साहब उह शराबां पींदे ड्रग खांदे हैगे आ। हाँ हाँ तुसीं बिलकुल सब सही गल्लां कर रहे आ पर जिहड़े लोग है ना जिन्हानू पता नहीं कि जिंदगी नी जीना किदा उन्हें गलत पासे लगना है उन्हें शराबे पीण लगना जां उन्हें ड्रगे खान लगना उन्होंने भार है करन दे नाल मेरी चिंता दूर हो जाऊगी ओह तां बहुत भुलेखा है। चिंता नू दूर करन वास्ते तां माइंड जिहड़ा आ इहनू सही सेध देनी पऊगी तुहानू सोई सोच करनी पएगी तुहानू ये नहीं हो कि तुसी समझोगे मैं हेरा फेरी करके मैं जो नहीं हाँ वो बन जाना है ये तो बिना बंगर साहब बंगर साहब गुरबाणी विच भी लिखिया चिंता तां ही कीजिए जे अनहोनी होए। क्या बात है। हाँ जी क्या बात है सच है पर अनहोनी नू आपां होनी बना सकते हैं जेकर सही सोचांगे। बिल्कुल बिल्कुल अपां नू सही सोचण दी लोड़ है तो तुहाडे सब्जेक्ट डॉक्टर साहब क्या बात है कमाल दे आ परमात्मा तुहानू राजी रखे इस तरह दे सब्जेक्ट लियाओ और ले आओ और तां फिर आपां जिहड़ी कांची टीवी आ जिहड़ी अपील भी कर रहे हैं तो लोग आउणगे ही आउणगे बिल्कुल क्योंकि नहीं तां तुहाडे आ जिहड़े इदां दे वधिया तुसीं सब्जेक्ट लियाउंदे हो कित्थों आउणगे जे कांची। अच्छा बंगर साहब तुसीं जाओ ना मैं पुछण जिहदा वी इंडिया विच उत्थे ओह जिहड़े जन के बिल्कुल ही साध बाबे जिन्हें कोई क्वालिफिकेशन नहीं है वो कोई किसी मानसिक बीमारी लगी हुए तो वो उन्होंने बाल बूल पटते हैं उन्होंने चिमटे मारते हैं बहुत गलत गल अपने। देखो जी मेरे मेरे ख्याल अनुसार वो खाम खा जड़े है ना उन्होंने लोगों को अनपढ़ लोग जड़े आ लोगों को बेवकूफ बनाया वो किदा सुआह दे के किसी की जी टेंशन आ जा स्ट्रैस आ जा जी भूत कहते लगे हो किसी कोई भूत नहीं लगते ये सब हेरा फेरी आ उन्होंने लोगों को बचाए रब। मैं देखा जेड़े लोग है ना इदा के पासे चले जाते हैं उन्होंने कौन बेतबाह हो गए
एब्सोल्युटली एब्सोल्युटली कौन बेटवा हो गया, आप तबाह हो गया, मर गए उन्होंने अपना इलाज तो कर नहीं सकते, उन्हें किसी का की इलाज करना। जेडे टके टके इंसान उ बैठे आ सड़कों के उत्ते कहते मैं तेरा भविष्य देख सकता, भलिया मान सा तू दुकान तो पा के अपने घर बैठ नहीं सकता, तू बह के मेरी किस्मत की चेंज कर दूंगा। नाले तो बिना जे उन्होंने को बंगर साहब इन्नी कोई ताकत हैगी तो फिर सू पुलिस की जरूरत नहीं, क्योंकि उन्होंने पता होने लगे किन्हें चोरी की है, किन्हें डाका मारा, किन्हें हेराफेरी की है, उन्होंने कुछ पता नहीं है, सिर्फ हेराफेरी है मेरे दोस्त। ये सब झूठ हुआ, जब तीन साढ़े देश के झूठ नहीं जाऊगा, जब तीन जो हो है नहीं वो है बनते उत्ते लोगों का बेड़ा पार नहीं होना, लोगों को बेवकूफ से बेवकूफ बना ही रखना उन्हें। पर बंगर साहब इतने भी लोग अपने इदा ही कर रहे हैं, पागल आए मैं भी हो सकता जे जे जेड़ा बंदा मैनू पता है कि उस बंदे नू कोई अकल नहीं हो, मैं उन्हें खुद अकलमंद बनाई जावा, कसूर के ना मेरा ही आ पर अच्छा बेवकूफ बनाने हैं। पर बंगर साहब मैं ये भी देखा है गल भी जिन्हें बंद मिल के तुम स्ट्रैस हों, जिस कंपनी में जाके तुम स्ट्रैस हों, जिस होना ही है क्योंकि तुम उन्हें देखते हैं, तुम कहते हो माई गॉड इस बंद ने मैनू भी लै पैना। हाँ तुम उन्हें दूर रहो, उन्हें ग्रुपा तो भी दूर रहो, उन्हें बंद तो भी दूर रहो, उन्हें रिश्तेदार तो भी दूर रहो। क्या बात है, बिल्कुल क्या बात है, तुम जिन्हें तिने गल कहती है ना, हाँ ये मेरे से लागू होंगे और तुम कहती है सच हो। सो थैंक यू धन्यवाद, मेरी गल सुन का भी शुक्रिया जी, थैंक यू सबकत वाह जिंदाबाद, थैंक यू। ये तो जी मेरे वीर प्यारा लाल बंगर होनी जे कि साढ़े इतने प्रजेंटर भी है, प्रोग्राम अपना भी देंगे है, तुम यानी कि ये बारे की कहना चाहते हैं, क्योंकि बहुत सारी गल्ला यानी कि जड़िया हो रही है, जो यानी कि सानू स्ट्रैस हों साढ़े चिड़चिड़ापन यानी कि आ जाता है, साढ़े बच्चे जोड़ा है होर कई तरह दिमारियां सानू लग जाए है। हैलो जी, कौन तो जी, कितों बोल रहे हैं जी? हेलो, मैं मोहम्मद बोल रहा हूं सर। मोहम्मद साहब, तुसी स्ट्रेस बारे टेंशन बारे की कहना चाहोगे? स्ट्रेस टेंशन ते मतलब एक कॉमन वर्ड ने, वैसे है वे के स्ट्रेस एंड टेंशन कैन लीड टू एंग्जायटी एंड डिप्रेशन। मैं देखे, मैं भी काफी 10 साल इत्थे काम कीता है नेशनल सर्विस विच, ते है वे के कई लोकां जो आदत हुंदी है के खास तौर ते लेडीज के माइनर ट्रैंक्विलाइजर्स लेना शुरू कर दिंदियां ने, वैलियम, लिब्रियम, that can lead to drug मतलब addiction, या फिर can even lead to other serious consequences। लेकिन टैबलेट्स की बजाय ते दो इलाज ने, एक ते साइकोथेरेपी होनी चाहिदी है या रिलैक्सेशन थेरेपी। साइकोथेरेपी कई किस्म दी हुंदी है, इंडिविजुअल भी कलेक्टिव भी, कि तुसी अपने रिलीज ऑफ पेंट अप इमोशंस, जिन्ने ही तुसी तो कोई इट डिपेंड्स ऑन दी टाइप ऑफ स्ट्रेस, किस वजह ना स्ट्रेस होया, या ब्रीमेंट हुई है, या कोई लॉस ऑफ जॉब, या इस किस्म के कई फैक्टर्स ने विच कम इन टू इट, कि जिदी वजह ना तुसी स्ट्रेस होंदा या टेंशन होंदा है, तो यू टॉक इट ओवर टू सम थेरेपिस्ट, या इंडिविजुअली या कलेक्टिवली, तो उहदे नाल तुहाडा रिलीज ऑफ इमोशंस हो जाता है, तुसी तो यू गैट इट आउट ऑफ योर चेस्ट। ए मैं वैसे एक शॉर्ट एक्टिंग एनेस्थीसिया भी इस्तेमाल करते हैं, उदो आदमी बिल्कुल सेमी कॉन्शियस नजदीक होंगे, तो वो को जो भी गल पूछो सही दसेगा, तो वो भी काफ़ी जोड़े थोड़े कोई इमोशनल फीलिंग ने, या कोई पास्ट कोई एक्सपीरियंस है, चाइल्डहुड एक्सपीरियंस है, तो ही विल कम आउट विद इट। अपना मोहम्मद साहब हिप्नोटिज्म की गल कर रहे हैं जी? हिप्नोटिज्म की, हाँ हिप्नोटाइज्म भी हो सकती है, हिप्नोटाइज इज वन ऑफ द रिलैक्सेशन टाइप ऑफ ट्रीटमेंट फॉर दिस, यू आर राइट, मेसमरिज्म या हिप्नोटिज्म भी कर सकते हैं। लेकिन एक मैं एक और लफ्ज नहीं याद आ रहा, वो कोई शॉर्ट एक्टिंग एनेस्थीसिया दे के ना, तो पेशेंट नूं सेमी कॉन्शियस करने हैं, तो एक दा ईसीजी भी की हुंदा है, इलेक्ट्रिक शॉक भी दिंदे हैगे आ, ECT इलेक्ट्रिक कंसोल थेरेपी, वो डिप्रेशन जो देंदे ने, और डिप्रेसिव होवे ना या कोई सुसाइडल टेंडेंसी होवे, तो उदे वास्ते वो ECT देंदे ने, ते वो भी दैट इज आल्सो अ फॉर्म ऑफ ट्रीटमेंट, लेकिन वो एक्सट्रीम डिप्रेशन वास्ते देंदे ने, नॉट इन एंग्जायटी। अगर एंग्जायटी ज्यादा हो जाए, ज्यादा डिप्रेसिव सिम्पटम डेवलप हो जाए, तो फिर वो ECT इज वन ऑफ द ट्रीटमेंट, ते काउंसलिंग नाल भी करदे हैं अपना, एंटी डिप्रेसेंट भी देंदे ने, एंटी डिप्रेसेंट टैबलेट्स भी इस्तेमाल हुंदियां ने, ते बहरहाल इहदियां कई फॉर्म ऑफ ट्रीटमेंट है, लेकिन पूरी डिटेल हिस्ट्री लैनी पैंदी है, पूरे बचपन तो प्रोफाइल, पर्सनैलिटी प्रोफाइल बनाना पैंदा है,
किस टाइप ऑफ पर्सनैलिटी की स्ट्रेस होया है, कि होम सिचुएशन की एंटी सोशल बिहेवियर है या कोई साइकोपैथिक पर्सनैलिटी है, कई सारे कई फैक्टर आते हैं। बड़ा डिटेल्ड सब्जेक्ट है तुम जो छेड़े है। थैंक यू मोहम्मद साहब, बहुत बहुत मेहरबानी मेरे वीर। ये तो जी मेरे वीर मोहम्मद होनी जिन्होंने आप डिप्रैशन बारे स्ट्रैस बारे जरा सी अपने विचार दसे है। तुम भी कॉल कर सकते हैं 0300-770-2246 नंबर है, क्योंकि इस डिप्रैशन के नाल जो ह्यूमन रिलेशनशिप्स खराब होंगे है, थोड़ी फैमिली रिलेशनशिप खराब होंगे है, घर में हसबैंड वाइफ के बच्चे नाल रिलेशनशिप खराब होती है, तो ये होर भी कई तरह बीमारियां लगदियां है। तो डॉक्टर साहब भी कहते हैं सू एक्सरसाइज वगैरह कर देना चाहिए। हैलो जी कौनते जी कितों बोल रहे हैं जी? हैलो हैलो हाँ जी की कहना चाहोगे? कौन कौन बोल रहा जी? की कहना है जी? की हाल चाल है? ठीक ठाक हो जी? मैं ठीक ठाक है। कौन बोल रहा जी? मैं प्रेम मान बोल रहा जी। मान साहब की कहना चाहोगे तुसी? हाँ थोड़ा जे खराब है आवाज, पहचान नहीं रहे तुसी। हाँ जी हाँ जी। ते तुसी टेंशन बारे गल कर रहे हो जी, जेड़ी टेंशन है ना। हाँ जी। ये ज्यादा तक रहे जो उदो किसी की सफलता वच देख के ना तुसी वह लालच करते भी मैं भी इदा का बनना, फिर थोड़ी टेंशन होनी है। कोशिश करोगे मैं किदा पूरे करा, फिर टेंशन होनी है। ते दूसरी गल है कि जी त्रिश्ना है जी लालच आ, अगर आदमी इनू कंट्रोल च रखे तो इन कोई डर नहीं टेंशन लैन का। मान साहब इदा नहीं होंगे जे किसी कोई सक्सैस हैगी है तो सू साड़ा होंगे तो अभी फिर वो बदखोईया कर ला पीने। ਸਾਨੂੰ ਸਫਾ ਹਾਂਜੀ ਸਾਨੂੰ ਸਮਾਂ ਉਹਦੀ ਜਿਹੜੀ ਸਕਸੈਸ ਹੈ ਨਾ ਉਹਦੇ ਵੱਲ ਦੇਖ ਕੇ ਖੁਸ਼ ਹੋਣਾ ਚਾਹੀਦਾ ਆ। ਬਿਲਕੁਲ ਬਿਲਕੁਲ। ਤੇ ਤਾਂ ਤੁਹਾਡੀ ਉਹ ਜਿਹੜੀ ਟੈਨਸ਼ਨ ਹੈ ਘੱਟ ਸਕਦੀ ਆ। ਪਰ ਜ਼ਿਆਦਾ ਕਰਕੇ ਮਾਨ ਸਾਹਿਬ ਮੈਂ ਇਹ ਦੇਖਿਆ ਲਿਆ ਵੀ ਜਿਹੜੇ ਤੁਹਾਡੇ ਸੋ ਕਾਲਡ ਦੋਸਤ ਤੇ ਤੁਹਾਡੇ ਸੋ ਕਾਲਡ ਰਿਸ਼ਤੇਦਾਰ ਜਿਹੜੇ ਹੈਗੇ ਉਹਨਾਂ ਨੂੰ ਤਕਲੀਫ ਜ਼ਿਆਦਾ ਹੁੰਦੀ ਹੈ। ਉਹਨਾਂ ਨੂੰ ਤਾਂ ਜ਼ਿਆਦਾ ਹੁੰਦੀ ਆ ਜੀ, ਤਾਂ ਹੀ ਉਹ ਤਾਂ ਫਿਰ ਉਹ ਜਿਹੜੀ ਤੁਹਾਡੇ ਦੋਸਤ ਜਾਂ ਤੁਹਾਡੇ ਘਰ ਵਾਲੇ ਹੀ ਹੁੰਦੇ ਆ ਨਾ, ਉਹ ਤੁਹਾਡੀ ਸਕਸੈਸ ਵੱਲ ਦੇਖ ਕੇ ਉਹ ਤੁਹਾਡੇ ਤੇ ਹੀ ਮਤਲਬ ਉਹ ਤੁਹਾਡੀ ਬਖਤੋਈ ਕਰਦੇ, ਕੀ ਕਹਿੰਦੇ ਹੁੰਦੇ ਪੰਜਾਬੀ ਦੇ ਲਫ਼ਜ਼ ਆ ਜਿਹੜਾ ਕਿ ਮਤਲਬ ਉਹ ਤੁਹਾਨੂੰ ਤੁਸੀਂ ਫਿਰ ਉਹਨਾਂ ਵੱਲ ਧਿਆਨ ਨਾ ਦਿਓ, ਉਹਨਾਂ ਨੂੰ ਇਗਨੋਰ ਕਰ ਦਿਓ, ਤਾਂ ਹੀ ਤੁਸੀਂ ਆਪਣੀ ਟੈਨਸ਼ਨ ਤੋਂ ਜਿਹੜੀ ਦੂਰ ਹੋ ਸਕਦੇ ਆ। ਤੇ ਦੂਜੀ ਜਿਹੜੀ ਹੈ ਬੇਇੱਜ਼ਤੀ, ਅਗਰ ਲੜਾਈ ਹੋ ਵੀ ਕਿਸੇ ਨਾਲ ਬੇਇੱਜ਼ਤੀ ਹੋ ਗਈ ਫਿਰ ਟੈਨਸ਼ਨ ਹੋਣੀ ਤੁਹਾਨੂੰ। ਇਸ ਕਰਕੇ ਉਹ ਟੈਨਸ਼ਨ ਜਿਹੜੀ ਹੈ ਨਾ ਲੈਣ ਦੀ ਖਾਸ ਤੁਹਾਨੂੰ ਜਿਹੜਾ ਮਨ ਹੈ ਨਾ ਉਹ ਮਾਇੰਡ ਆ, ਮਾਇੰਡ ਤੇ ਕੰਟਰੋਲ ਕਰਨਾ ਪਏਗਾ। ਜਿਸ ਤਰ੍ਹਾਂ ਮੇਰੇ ਫਕੀਰ ਚੰਦ ਚੌਹਾਨ ਜੀ ਦੋਸਤ ਕਹਿ ਕੇ ਗਏ ਆ ਕਿ ਮੈਡੀਟੇਸ਼ਨ ਜ਼ਰੂਰ ਕਰਨੀ ਚਾਹੀਦੀ ਆ, ਤੇ ਕਿਉਂਕਿ ਮੈਡੀਟੇਸ਼ਨ ਕਰਨ ਦੇ ਨਾਲ ਆਦਮੀ ਦਾ ਜਿਹੜਾ ਮਾਇੰਡ ਕੰਟਰੋਲ ਤੇ ਰਹਿੰਦਾ ਔਰ ਮਾਇੰਡ ਕੰਟਰੋਲ ਤੇ ਤੁਹਾਡਾ ਦਿਮਾਗ ਕੰਟਰੋਲ ਤੇ ਰਹੇਗਾ। ਜਦੋਂ ਤੁਹਾਡਾ ਦਿਮਾਗ ਕੰਟਰੋਲ ਤੇ ਤੁਹਾਡੀ ਜ਼ੁਬਾਨ ਵੀ ਕੰਟਰੋਲ ਤੇ ਰਹੇਗੀ, ਜਦੋਂ ਤੁਹਾਡੀ ਹਰੇਕ ਚੀਜ਼ ਕੰਟਰੋਲ ਤੇ ਆ ਤੁਹਾਡਾ ਜਿਹੜਾ ਐਕਸ਼ਨ ਆ ਉਹ ਆਟੋਮੈਟਿਕਲੀ ਕੰਟਰੋਲ 'ਚ ਰਹੇਗਾ ਨਾ। ਕਈ ਆਪਣੇ ਮਾਨ ਸਾਹਿਬ ਚੌਹਾਨ ਸਾਹਿਬ ਨਾਲ ਵੀ ਸੀ ਮੈਂ ਗੱਲ ਕੀਤੀ, ਤੁਹਾਡਾ ਵੀ ਬੜਾ ਤਜਰਬਾ ਹੈ ਲੈ ਵੀ, ਕਈ ਕਹਿੰਦੇ ਆ ਪਾਣੀ ਮਣਸਿਆ ਹੈਗਾ ਉਹਨਾਂ ਸੂਤਾ ਜੂ ਕੰਮ ਜਾਣ ਕੇ ਜਾਂ ਉਹ ਕੋਈ ਧਾਗਾ ਤਵੀ ਤੇ ਇਹਨਾਂ ਨਾਲ ਗੱਲ ਬਣੂ। ਦੇਖੋ ਜੀ ਗੱਲ ਤਾਂ ਬਣ ਸਕਦੀ ਹੈ, ਤੁਹਾਡੀ ਮਾਨਸਿਕ ਬਿਮਾਰੀ ਆ। ਅੱਛਾ, ਜੇ ਤੁਸੀਂ ਇਹਨਾਂ ਚੀਜ਼ਾਂ ਮਗਰ ਪੈ ਜਾਓ ਤਾਂ ਤੁਹਾਨੂੰ ਹੋਰ ਤਣਾਅ ਹੋਣਾ ਆ। ਅੱਛਾ ਜੀ। ਹਾਂਜੀ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨਾ ਇਹ ਤਾਂ ਸਿਰਫ ਇੱਕ ਕਿਸਮ ਦਾ ਦੂਸਰੇ ਆਦਮੀ ਨੂੰ ਬੇਵਕੂਫ ਬਣਾ ਕੇ ਉਹਨੂੰ ਲੁੱਟਣ ਵਾਲੀ ਗੱਲ ਆ ਇਹ। ਤੇ ਇਹ ਜਿਹੜੀਆਂ ਚੀਜ਼ਾਂ ਮਗਰ ਸਾਨੂੰ ਨਹੀਂ ਜਾਣਾ ਚਾਹੀਦਾ, ਜਦੋਂ ਤੱਕ ਤੁਹਾਡਾ ਜਿਹੜਾ ਮਾਇੰਡ ਆ ਤੁਹਾਡਾ ਜਿਹੜਾ ਬ੍ਰੇਨ ਆ ਔਰ ਸਹੀ ਔਰ ਰਾਈਟ ਔਰ ਰੋਂਗ ਨੂੰ ਨਹੀਂ ਪਹਿਚਾਣਦਾ ਉਦੋਂ ਤੱਕ ਤੁਸੀਂ ਕਿਤੇ ਨੂੰ ਕਾਮਯਾਬ ਨਹੀਂ ਹੋ ਸਕਦੇ। ਨਾ ਚੌਹਾਨ ਸਾਹਿਬ ਨਾਲੇ ਵੀ ਕਹਿੰਦੇ ਨਾਮ ਜਾਪਲਾ ਨਿਮਾਣੀਆਂ ਜਿੰਦੇ ਔਖੇ ਵੇਲੇ ਕੰਮ ਆਊ, ਔਖੇ ਵੇਲੇ ਕੰਮ ਆਜੂ ਫੇਕ ਨਹੀਂ ਉਹ ਕੰਮ। ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਇੱਥੇ ਤੁਸੀਂ ਅਗਰ ਕੋਈ ਆਦਮੀ ਗੁੱਸਾ ਨਾ ਕਰੇ ਕਿ ਇੱਕ ਕਿਤੇ ਨਾ ਭਾਈ ਸੀਗਾ ਤੇ ਰੋਜ਼ ਪਾਠ ਕਰਿਆ ਕਰਦਾ ਸੀ। ਅੱਛਾ ਜੀ। ਰੋਜ਼ ਪਾਠ ਕਰਿਆ ਕਰਦਾ ਸੀ ਤੇ ਇੱਕ ਦਿਨ ਉਹ ਜਿੰਨਾ ਵੀ ਚੜਾਵਾ ਹੋਣਾ ਸਾਰਾ ਗੁਰਦੁਆਰੇ ਨੂੰ ਦੇ ਦੇਣਾ ਜਾਂ ਮੰਦਰ ਨੂੰ ਦੇ ਦੇਣਾ ਤੇ ਇੱਕ ਦਿਨ ਉਹ ਬਿਮਾਰ ਪੈ ਗਿਆ। ਅੱਛਾ ਜੀ। ਉਹ ਡਾਕਟਰ ਕੋਲ ਚਲੇ ਗਏ, ਡਾਕਟਰ ਕਹਿੰਦਾ ਭਾਈ ਸਾਹਿਬ ਕਹਿੰਦਾ ਤੁਹਾਡਾ ਤਾਂ ਆਪਰੇਸ਼ਨ ਹੋਣਾ। ਕਹਿੰਦਾ ਜੀ ਕਿੰਨੇ ਪੈਸੇ? ਹੁਣ ਟੈਨਸ਼ਨ ਹੋ ਗਈ ਤੇ ਕਹਿੰਦਾ ਜੀ ਇਹ 1,00,000 ਰੁਪਈਆ ਲੱਗਣਾ। ਅੱਛਾ। ਕਹਿੰਦਾ ਜੀ ਮੇਰੇ ਕੋਲ ਤਾਂ 1,00,000 ਰੁਪਈਆ ਹੈ ਨੀ ਗਾ। ਉਹ ਕਹਿੰਦਾ ਫਿਰ ਇਲਾਜ ਨੀ ਹੋ ਸਕਦਾ ਤੁਹਾਡਾ। ਕਹਿੰਦਾ ਜੀ ਹੋਰ ਤੁਹਾਡੇ ਕੋਲ ਕੀ ਹੈ? ਕਹਿੰਦਾ ਜੀ ਮੇਰੇ ਕੋਲ ਤਾਂ ਸ਼ਲੋਕ ਸੁਣ ਲਓ, ਉਹ ਮੈਂ ਤੁਹਾਨੂੰ ਸੁਣਾ ਸਕਦਾ। ਸੋ ਇਹ ਗੱਲ ਹੈ ਵੀ ਜਿਹੜੀ ਚੀਜ਼ ਪੂਜਾ ਪਾਠ ਨਾਲ ਨਹੀਂ ਹੋਣੀ, ਇਹ ਜਿਹੜੀ ਤੁਹਾਡੀ ਆਪਣੀ ਸੋਚੀ ਆ ਨਾ, ਬੁੱਧੀ ਆ, ਉਹ ਹਾਰਡ ਮਿਹਨਤ ਨਾਲ ਤੁਸੀਂ ਕਾਮਯਾਬ ਹੋ ਸਕਦੇ ਆ। ਔਰ ਇੱਦਾਂ ਦੀਆਂ ਜਿਹੜੀਆਂ ਹੈਗੀਆਂ ਗਲਤ ਫਹਿਮੀਆਂ ਉਹਨਾਂ ਵਿੱਚ ਆਦਮੀ ਨੂੰ ਨਹੀਂ ਪੈਣਾ ਚਾਹੀਦਾ।
ਤੇ ਇਸੇ ਕਰਕੇ ਆਦਮੀ ਜਿਹੜੇ ਸਾਡੇ ਭਾਰਤ ਦੇ ਲੋਕ ਆ ਅੰਧ ਵਿਸ਼ਵਾਸ ਵਿੱਚ ਜ਼ਿਆਦਾ ਫਸੇ ਆ, ਨਾ ਕਿ ਸੱਚਾਈ ਵੱਲ ਉਹ ਜ਼ਿਆਦਾ ਦੇਖਦੇ ਆ, ਤਾਂ ਹੀ ਉਹ ਟੈਨਸ਼ਨ 'ਚ ਆ ਅੱਜ। ਅਤੇ ਇਸੇ ਕਰਕੇ ਜਿੰਨੀ ਵੀ ਭਾਰਤੀਆਂ ਨੂੰ ਪੰਜਾਬੀਆਂ ਨੂੰ ਟੈਨਸ਼ਨ ਆ, ਉਨੀ ਹੋਰ ਕਿਸੇ ਨੂੰ ਨਹੀਂ। ਆ ਗੋਰਿਆਂ ਵੱਲ ਦੇਖ ਲਓ, ਕਦੇ ਟੈਨਸ਼ਨ ਲੈਂਦੇ ਹੀ ਨੇ, ਇਹ ਹੋਲਟ ਜਾਂਦੇ ਆ, ਕੁਛ ਕਿਤੇ ਵੀ ਜਾਂਦੇ ਆ, ਇਹ ਇਸੇ ਕਰਕੇ ਜਾਂਦੇ ਆ ਕਿ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਕੋਈ ਟੈਨਸ਼ਨ ਨਹੀਂ ਰੱਖਦੇ। ਦੂਸਰੇ ਘਰ ਦੇ ਨਾਲ ਦਾ ਜਿਹੜਾ ਗੁਆਂਢੀ ਆ ਉਹਦੇ ਵੱਲ ਦੇਖਦੇ ਨਹੀਂ ਕਦੇ ਵੀ ਕਿੰਨੀ ਤਰੱਕੀ ਕਰ ਗਿਆ, ਉਹ ਆਪਣੀ ਤਰੱਕੀ ਵੱਲ ਸੋਚਦੇ ਵੀ ਮੈਂ ਤਰੱਕੀ ਕਿੱਦਾਂ ਕਰਾਂਗਾ। ਬਿਲਕੁਲ ਬਿਲਕੁਲ, ਹਾਂਜੀ ਥੈਂਕ ਯੂ। ਬਾਕੀ ਤਾਂ ਤੁਹਾਡਾ ਬਹੁਤ ਵਧੀਆ ਸਬਜੈਕਟ ਹੁੰਦਾ ਜੀ, ਔਰ ਤੁਹਾਡੇ ਮਤਲਬ ਕੀ ਕਹੀਏ ਤੁਹਾਨੂੰ, ਹੁਣ ਇੰਨੇ ਅੱਛੇ ਸਬਜੈਕਟ ਲੈ ਕੇ ਆਉਂਦੇ ਆ ਔਰ ਗਿਆਨ ਦੇ ਭਰਪੂਰ ਹੁੰਦੇ ਆ। ਜੈ ਭੀਮ ਜੈ ਭਾਰਤ ਪ੍ਰੇਮਾਨ ਜੀ, ਇਹ ਤਾਂ ਸੀ ਜੀ ਮੇਰੇ ਵੀਰ ਪ੍ਰੇਮਾਨ ਹੁਣੀ ਲੰਦਨ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਸਾਨੂੰ ਸਾਂਝੇ ਕੀਤੇ। ਇਹ ਗੱਲ ਬਿਲਕੁਲ ਠੀਕ ਹੈ, ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਮਾਨਸਿਕ ਤੌਰ 'ਤੇ ਜਿਹੜੀਆਂ ਬਿਮਾਰੀਆਂ, ਮੈਨੂੰ ਮਾਨਸਿਕ ਬਿਮਾਰੀ ਕਿਹਾ, ਟੈਨਸ਼ਨ ਨੂੰ ਅਤੇ ਸਟ੍ਰੈਸ ਨੂੰ ਅਸੀਂ ਆਪ ਸਹੇੜੀਆਂ ਹੈ। ਕੁੜੀ ਜਾਂ ਪਈ ਸਾਨੂੰ ਇਹ ਇਹ ਸਟ੍ਰੈਸ ਹੈਗਾ, ਫਲਾਨਾ ਯਾਨੀ ਕਿਹੜਾ ਸਾਨੂੰ ਕੀ ਹੋਊਗਾ, ਇਹ ਸਟ੍ਰੈਸ ਆ। ਹੈਲੋ ਜੀ, ਕੌਣ 'ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ, ਹਾਂਜੀ ਹਾਂਜੀ, ਜਗਦੀਸ਼ ਸਿੰਘ ਜੀ, ਜਗਦੀਸ਼ ਸਿੰਘ ਬੋਲਦਾ ਜੀ। ਹਾਂਜੀ, ਗਲਾਸਗੋ ਤੋਂ। ਹਾਂਜੀ, ਕੀ ਕਹਿਣਾ ਚਾਹੋਗੇ? ਦੇਖੋ ਜੀ, ਤਣਾਅ ਉੱਤੇ ਕਾਬੂ ਪਾਉਣਾ ਕਠਿਨ ਹੁੰਦਾ, ਅਸੰਭਵ ਨਹੀਂ। ਹਾਂ ਹਾਂ, ਔਰ ਕੋਈ ਤਣਾਅ ਬਿਲਕੁਲ ਹੀ ਨਾ ਹੋਵੇ, ਇਹ ਵੀ ਅਸੰਭਵ ਹੈ। ਬਿਲਕੁਲ, ਛੋਟੇ ਛੋਟੇ ਫਿਕਰ ਤਾਂ ਲੱਗੇ ਹੀ ਰਹਿੰਦੇ ਨੇ। ਹਾਂਜੀ ਹਾਂਜੀ, ਕਈ ਵਾਰੀ ਛੋਟੇ ਛੋਟੇ ਫਿਕਰ ਜਾਂ ਤਣਾਅ ਨਾਲ ਨਜਿੱਠਦੇ ਰਹੋ ਤਾਂ ਇੱਕ ਵੱਡਾ ਤਣਾਓ ਤੋਂ ਬਚਿਆ ਜਾ ਸਕਦਾ। ਜਿਵੇਂ ਐਗਜ਼ਾਮ ਆਉਂਦੇ ਨਾ, ਤਾਂ ਸਟ੍ਰੈਸ ਹੁੰਦਾ, ਯਾਰ ਉਹ ਮੇਰਾ ਐਗਜ਼ਾਮ ਆ ਗਿਆ। ਪਰ ਜੇ ਤੁਸੀਂ ਉਹ ਉਹਨੂੰ ਇਗਨੋਰ ਕਰੀ ਚੱਲੋਗੇ, ਫਿਰ ਫੇਲ ਹੋ ਜਾਓਗੇ, ਫਿਰ ਬਹੁਤ ਬੜਾ ਤਣਾਓ ਹੋ ਜਾਏਗਾ। ਕਿਉਂਕਿ ਬਹੁਤ ਲੋਕਾਂ ਲਈ ਇਹ ਇੱਕ ਉੱਦਮ ਕਰਨ ਦਾ, ਉਪਰਾਲਾ ਕਰਨ ਦਾ ਇੱਕ ਜ਼ਰੀਆ ਬਣ ਜਾਂਦਾ, ਔਰ ਨਹੀਂ ਤਾਂ ਲੋਕ ਲਾਪਰਵਾਹ ਹੋ ਜਾਂਦੇ ਆ। ਅੱਛਾ, ਅਜਿਹੇ ਫਿਕਰ ਨੂੰ ਜਾਂ ਛੋਟੇ ਤਣਾਓ ਨੂੰ ਨਹੀਂ ਕਹਿਣਾ ਚਾਹੀਦਾ ਇਹ ਤਣਾਓ, ਉਹਨੂੰ ਸਮਝਦੇ ਵੀ ਇਹ ਹਲੂਣਾ ਇੱਕ ਪ੍ਰੋਂਪਟ ਹੈ, ਸਮਝੀਏ, ਤਾਂ ਕਿ ਕੌੜੀ ਦਵਾਈ ਦੀ ਤਰ੍ਹਾਂ ਇਹਦਾ ਅਸਰ ਹੋਵੇ ਤਾਂ ਆਪਾਂ ਕਿਸੇ ਵੱਡੀ ਮੁਸੀਬਤ ਤੋਂ ਬਚ ਸਕਦੇ ਹਾਂ। ਬਿਲਕੁਲ ਬਿਲਕੁਲ। ਅਗਲੇ ਪਾਸੇ ਹੈ ਵੀ ਲਗਾਤਾਰ ਅਗਰ ਤਣਾਓ ਵੱਧਦਾ ਹੀ ਚਲਾ ਜਾਵੇ ਔਰ ਉਹਦੇ ਦਬਾਓ ਹੇਠਾਂ ਤੁਸੀਂ ਰਹਿਣ ਲੱਗ ਜਾਓ ਤਾਂ ਜੀਵਨ ਨੀਰਸ ਹੋ ਜਾਂਦਾ। ਬਿਲਕੁਲ, ਇਸ ਤੋਂ ਬਚਣ ਲਈ ਉਪਾਅ ਕਰਦੇ ਰਹਿਣਾ ਚਾਹੀਦਾ ਹੈ, ਨਹੀਂ ਤਾਂ ਚਿੜਚਿੜੇਪਣ ਦੇ ਘੇਰਾਓ ਵਿੱਚ ਤੁਸੀਂ ਆਪ ਵੀ ਰਹਿੰਦੇ ਹੋ ਤਾਂ ਦੂਸਰਿਆਂ ਨੂੰ ਵੀ ਲਪੇਟਦੇ ਰਹਿੰਦੇ ਹੋ। ਨਹੀਂ ਤਾਂ ਫਿਰ ਜੇ ਨਾ ਹੋਵੇ, ਫਿਰ ਤੁਸੀਂ ਲਗਾਤਾਰ ਤਣਾਓ ਵੱਧਦਾ ਜਾਵੇ, ਫਿਰ ਡਿਪਰੈਸ਼ਨ ਬਣ ਜਾਂਦਾ, ਉਹਦੇ ਮਰੀਜ਼ ਹੋ ਕੇ ਰਹਿ ਜਾਓਗੇ। ਤੇ ਚੜ੍ਹਦੀ ਕਲਾ ਦੀ ਮਾਨਸਿਕਤਾ ਅਗਰ ਬੰਦੇ 'ਚ ਰਹੇ, ਪੋਜ਼ਿਟਿਵ ਥਿੰਕਿੰਗ, ਉਹ ਹਾਲਤ ਸਭ ਤੋਂ ਵਧੀਆ ਹੈਗੀ ਹੈ। ਉਹ ਤੁਸੀਂ ਆਪ ਇੱਕ ਬਹੁਤ ਵਾਰ ਦੱਸਦੇ ਹੋ ਵੀ ਤੁਸੀਂ ਕੋਈ ਇਹੋ ਜਿਹੇ ਬੰਦਿਆਂ ਨੂੰ ਮਿਲੋ ਜਿਹੜੇ ਤੁਹਾਨੂੰ ਤਣਾਓ ਤੋਂ ਦੂਰ ਕਰਨ, ਦੋਸਤਾਂ 'ਚ ਵਿਚਰੋ, ਐਕਸਰਸਾਈਜ਼ ਕਰੋ, ਲੰਬੇ ਲੰਬੇ ਸਾਹ ਲਓ, ਔਰ ਕੋਈ ਹੋਰ ਇਸ ਤਰ੍ਹਾਂ ਦੀਆਂ ਵੀ ਕਈ ਵਾਰੀ ਕਲਾਸਾਂ ਲੱਗਦੀਆਂ ਨੇ ਜਿੱਥੇ ਉਹ ਕਹਿੰਦੇ ਵੀ ਅਗਰ ਤੁਸੀਂ ਇਹਦੇ 'ਚ, ਅੱਜ ਕੱਲ੍ਹ ਕੌਂਸਲਾਂ ਨੇ ਇੱਦਾਂ ਦੇ ਬਹੁਤ ਸਾਰੇ ਫ੍ਰੀ ਵੀ ਬਣਾਏ ਹੋਏ ਆ ਵੀ ਤੁਸੀਂ ਆਓ ਅਤੇ ਅਸੀਂ ਤੁਹਾਨੂੰ ਡਿਪਰੈਸ਼ਨ ਮੁਕਤ ਜਾਂ ਤਣਾਓ ਮੁਕਤ ਕਰਨ ਦੀਆਂ ਤੁਹਾਨੂੰ ਕਲਾਸਾਂ ਲਾਉਂਦੇ ਹਾਂ ਔਰ ਤੁਹਾਨੂੰ ਸੈਸ਼ਨ ਮਿਲਦੇ, ਅੱਜ ਕੱਲ੍ਹ ਤਾਂ ਜ਼ੂਮ 'ਤੇ ਮਿਲ ਜਾਂਦੇ ਆ। ਇੰਨੇ ਲਫ਼ਜ਼ ਕਹਿੰਦਾ, ਤੁਹਾਡੇ ਕੋਲੋਂ ਮਾਫ਼ੀ ਮੰਗੂੰਗਾ। ਥੈਂਕ ਯੂ ਵੈਰੀ ਮੱਚ, ਬਹੁਤ ਮਿਹਰਬਾਨੀ ਮੇਰੇ ਵੀਰ। ਇਹ ਤਾਂ ਸੀ ਜੀ ਮੇਰੇ ਵੀਰ ਜਗਦੀਸ਼ ਸਿੰਘ ਹੁਣੀ, ਜਿਹੜੇ ਗਲਾਸਗੋ ਤੋਂ ਆਪਣੇ ਨਾਲ ਗੱਲਬਾਤ ਕਰ ਰਹੇ ਸੀਗੇ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ? ਕਿਉਂਕਿ ਜਿਹੜਾ ਸਟ੍ਰੈਸ ਹੈਗਾ ਸਾਡੀ ਜ਼ਿੰਦਗੀ ਦਾ ਇੱਕ ਪਾਰਟ ਬਣ ਗਿਆ ਹੈਗਾ। ਸਟ੍ਰੈਸ ਅੱਜ ਕੱਲ੍ਹ ਬੱਚਿਆਂ ਨੂੰ ਵੀ ਹੈ ਵੀ ਹਾਂ ਜੀ ਮੈਂ ਐਗਜ਼ਾਮ ਜਿਹੜਾ ਹੈਗਾ ਪਾਸ ਕਰਨਾ ਜਾਂ ਫਲਾਨਾ, ਮੇਰੇ ਤੋਂ ਨੰਬਰ ਜ਼ਿਆਦਾ ਲੈ ਗਿਆ। ਹੈਲੋ ਜੀ, ਕੌਣ 'ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ, ਹਾਂਜੀ ਹੈਲੋ, ਮੈਂ ਅਰਚਨਾ ਬੋਲ ਰਹੀ ਹੂੰ, ਬਰਮਿੰਘਮ ਸੇ। ਅਰਚਨਾ ਜੀ, ਕੀ ਕਹਿਣਾ ਚਾਹੋਗੇ? ਇਹ ਜੋ ਆਪ ਟੋਪਿਕ ਲਾਏ ਹੈ, ਇਹ ਜੋ ਟੋਪਿਕ ਹੈ, ਇਹ ਬੜੋ ਮੇ ਨਹੀਂ, ਛੋਟੇ ਸੇ ਛੋਟੇ ਜੋ ਬੱਚੇ ਹੈ ਵਹਾਂ ਸੇ ਲੇਕਰ ਬਜ਼ੁਰਗ ਤੱਕ, ਇਹ ਸਟ੍ਰੈਸ ਹੈ। ਔਰ ਆਜ ਕੇ ਸਮੇਂ ਮੇ ਜੋ ਇਸ ਮਾਡਰਨ ਏਜ ਮੇ ਇਹ ਸਟ੍ਰੈਸ ਔਰ ਵੱਧਦਾ ਜਾ ਰਹਾ ਹੈ। ਪਹਿਲੇ ਛੋਟੇ ਛੋਟੇ ਫੈਮਿਲੀ ਹੋਤੇ, ਛੋਟੇ ਘਰੋਂ ਮੇ ਰਹਤੇ ਥੇ, ਪਰ ਅਬ ਜੋ ਟਾਈਮ ਕੇ ਹਿਸਾਬ ਸੇ ਇਹ ਅਬ ਸਟ੍ਰੈਸ ਵੱਧਦਾ ਹੀ ਜਾ ਰਹਾ ਹੈ। ਪਰ ਜੋ ਸਟ੍ਰੈਸ ਹੈ ਇਹ ਥੋੜ੍ਹੀ ਟਾਈਮ ਕੇ ਲਈ ਰਹਤਾ ਹੈ, ਪਰ ਇਸਕਾ ਅਸਰ ਜੋ ਹੈ ਬਹੁਤ ਦੇਰ ਤੱਕ ਰਹਤਾ ਹੈ, ਜੈਸੇ ਕਿ ਬਿਮਾਰੀਆਂ ਲੱਗ ਜਾਤੀ ਹੈ। ਇਸਕੇ ਹੋਣੇ ਸੇ ਆਪਕੀ ਜੋ ਹਾਰਟ ਬੀਟ, ਜਬ ਸਟ੍ਰੈਸ ਆਤਾ ਹੈ ਤੋ ਆਪਕੀ ਜੋ ਹਾਰਟ ਹੈ ਉਸਕੀ ਜੋ ਪਲਟੋ ਉਸਮੇ ਰੇਸ ਜੋਰ ਚੱਲਨੇ ਲੱਗ ਜਾਤੀ ਹੈ। ਔਰ ਆਪਕਾ ਸਲੀਪਿੰਗ ਜੋ ਵੋ ਹੈ, ਵੋ ਵੀ ਜੋ ਆਪਕਾ ਸੋਨੇ ਕਾ ਜੋ ਸਮੇ ਹੈ, ਉਸਮੇ ਵੀ ਸੋਨੇ ਮੇ ਵੀ ਆਪਕੀ ਨੀਂਦ ਮੇ ਵੀ ਇਹ ਵੋ ਦੇਤੀ ਹੈ ਪ੍ਰੋਬਲਮ, ਹੈਡਕ ਦੇਤੀ ਹੈ, ਸੋ ਮੈਨੀ ਪ੍ਰੋਬਲਮਸ ਦੇਤੀ, ਇਹ ਇਸਕੇ ਸਾਥ ਹੋ ਸਕਤਾ ਹੈ ਤੁਮੇ, ਤੁਹਾਡਾ ਇਮਿਊਨ ਸਿਸਟਮ ਖਰਾਬ ਹੋਗਾ, ਇਮਿਊਨ ਸਿਸਟਮ ਖਰਾਬ ਸੇ ਸੋ ਮੈਨੀ ਥਿੰਗਸ ਹੈ। ਤੋ ਇਸਕੇ ਲਈ ਕਿਆ ਕਰਨਾ ਚਾਹੀਏ? ਜੋ ਵੀ
स्ट्रेस से बचाव कर सकते हो अपना, उससे निकलो। पहले ऐसे लोगों से मत मिलो जो नेगेटिव पीपल है, जो नेगेटिव पीपल है वो भी आपको स्ट्रेस देते हैं और जिसके कारण आपका पूरा दिन खराब होता है और इसका इफेक्ट आपके परिवार पर पड़ता है, आपके बच्चों पर पड़ता है और आपके अपनी फैमिली लाइफ पर पड़ता है। और इस जो ये जो स्ट्रेस है इसी कारण जब आपके पास ओवर काम वर्क होता है, जब लोड से वर्क होता है आपके पास, तो उसमें जब और कोई काम देता है और आपको उसको भी एक्सपेक्ट कर लेते हैं, एक्सेप्ट कर लेते हैं, उससे भी आपका स्ट्रेस बढ़ता है। इसलिए अगर आपके पास समय नहीं है, आप टू बिजी हैं, सीधा बोलो नहीं मेरे पास समय नहीं है और उसका आप बोल दो। और अपना जो समय है अगर योगा में लेके जाओ, अगर आपको स्ट्रेस आ गया बाहर निकलो, वॉक करके आओ। जब आप वॉक करने जाएंगे आपको ग्रीन दिखाई देगी, लोगों से मिलोगे, आपका स्ट्रेस जो है वो रिड्यूस होगा। इससे तुम्हारे और तुम्हारे शरीर पर और तुम्हारे परिवार, तुम्हारी एवरीडे लाइफ पर नहीं पड़ेगा। और जो बच्चे हैं छोटे, उन पर भी स्ट्रेस है, उन्हें हम ये बोलते हैं बच्चों को, अरे पढ़ लो तुम फेल हो जाओगे, तुम ये करो, तुम डू दिस। नहीं, उनको बोलो तुम कोशिश करो, अगर तुम नहीं हो सका तो कोई बात नहीं, उनको वो दो। कई बार बच्चों के रिजल्ट आते हैं, ए लेवल के रिजल्ट आ गए या जीसीएसई के रिजल्ट आते हैं, हम उनसे बोलते हैं तुम्हारा रिजल्ट क्यों नहीं अच्छा है, या उन पर हम प्रेशर डालते हैं तुम्हें डॉक्टर बनना है, तुम्हें तो फार्मासिस्ट बनना है, तुम्हें सब। नहीं, उनसे सिर्फ ये बोलो तुम ट्राई करो, अगर नहीं होता दैट्स ओके, देयर इज सो मेनी ऑप्शन, वहां बहुत सारी ऑप्शन है जिससे कि तुम्हारा फ्यूचर बन सकता है, ना कि उन पर प्रेशर डाला जाए। इसी तरह हमारे हम अपने बच्चों पे शादी के जो बींग एज शादी के टाइम पे भी उन पर स्ट्रेस डालते हैं, तुम्हें अपने ही जाति का लड़का ढूंढना, दूसरा नहीं ढूंढना, ये नहीं करना, वो नहीं करना, वो बच्चे के दिमाग में इतना डाल देते हैं कि बच्चा आगे पढ़ने के लिए या अपने करियर को आगे डेवलप करने के लिए वो उसके बीच में जो है बाधा है, उससे उनकी सेहत पे इफेक्ट करता है। उनको उनको फ्रीडम दीजिए जिससे कि वो अपना आप चला सके, उन्हें इतनी फ्रीडम दी जाए अपना करियर चूज कर सके, अपना लाइफ पार्टनर चूज कर सके, और आप देखिए कि उनकी सेहत पर कितना अच्छा इफेक्ट पड़ेगा। और इसके लिए जो अगर आप स्ट्रेस में आ ही गए हैं, इससे छुटकारा कैसे पाया जाए? छुटकारा पाने के लिए बच्चों को तो आप दे देंगे, हाँ उनको फ्रीडम दी जानी चाहिए एक बाउंड्री तक, पर दूसरी तरफ आप भी अपने को करने के लिए वो करिए, योगा करिए, जो फूड है अच्छा फूड खाइए जिससे कि स्ट्रेस ना हो। और दूसरी बात, ऐसे जो कई बार हमारे लोग कहते हैं घर से हम लोग जाते हैं अपने फ्रेंड्स को मिलने कि आज हम उनके घर जा रहे हैं डिनर करने, पर जब वहां से वापिस आते हैं इतना स्ट्रेस मिलता है वहां पर कि रास्ते में जो फैमिली खुशी खुशी गई थी कार में, जो घर तो लड़ते लड़ते झगड़ते आते हैं कि वो इतना स्ट्रेस दे दिया गया है उस फैमिली में जाकर। तो ऐसी जगह मत जाइए जहां पर कि आपको स्ट्रेस मिलता है। और इसके साथ साथ घर में अपनी फैमिली के साथ टाइम जरूर स्पेंड करें, चाहे वो गेम्स हो, चाहे वो आपस में बातें कर रहे हो, चाहे इकट्ठा फिल्म देख रहे हैं, अच्छी फिल्म लगाएं, डीवीडी लेके आ जाए, कुछ भी लाएं जिससे कि आपका जो से स्ट्रेस लेवल है वो नीचे जाएगा और इससे आपकी हेल्थ में और आपके घर के उसमें एटमॉस्फेयर में बहुत बहुत फर्क पड़ेगा। इन चीजों से और कई बार ऐसा होता है जब आप स्ट्रेस में होते हैं आपको पता नहीं लगता, आप इतने स्ट्रेस में हो तो आपका बिहेवियर है वो भी चेंज हो जाता है। जब बिहेवियर चेंज होता है उसका इफेक्ट फिर मैं आपसे कहूंगी आपके आपके परिवार पे पड़ता है सबसे ज्यादा। तो इस समय आप उन लोगों को चुनो जो काम है, आपके नेबर्स हैं, आपके अच्छे फ्रेंड्स हैं, जिनसे आप अपनी प्रॉब्लम्स बताएं, वो आपको सही सलाह देंगे जिसके कारण आपका जो है स्ट्रेस है वो नीचे जाएगा। इन चीजों को ध्यान रखते हुए मैं ये कहना चाहूंगी, स्टे अवे फ्रॉम स्ट्रेस, विच इज नॉट वेरी इजी, पर यू कैन ट्राई। आप ट्राई कर सकते हो, आप स्विमिंग जा सकते हो, योगा कर सकते हो, जैसे कि ब्रीदिंग एक्सरसाइज कर सकते हो, आप आराम सोने के टाइम अपना रिलैक्स होके जाओ और अपने परिवार को कोई भी बात रात के समय कोई भी बात पे डिस्कशन ना करें। थैंक यू। बिफोर यू गो टू स्लीप और जो बेड पर जाने से पहले किसी बात पर भी कोई डिस्कशन ना करें। और अगर डिस्कशन कर ली है और कोई ऐसा मुद्दा आई है आपके पास जिससे कि एंग्री है, उसको सॉल्व करके ही सोएं। थैंक यू अर्चना जी, थैंक यू वेरी मच। ये तस्सी जी अर्चना जी जिन्होंने अपने विचार अपने सांझे किए। भाई साढ़े तो छे मिनट है तो मैंने पता लगा पिछले दो टेलीफोन कॉल्स वेट कर रही है। सो जे आप दोनों कॉल्स ले लिए तो मेरा ख्याल छे मिनट काफ़ी है।
स्ट्रैस जिहड़ा हैगा इत्थे आपां जिन्नियां वी गल्लां कर सकीए उन्नियां थोड़ियां है क्योंकि साडी जिंदगी दा इक निखड़वां अंग बन गया, चाहे वह अडल्ट हैगा, चाहे बच्चा हैगा, चाहे यानी कि औरत है, चाहे कोई भी यानी कि बजुर्ग हैगा, सारे ते यानी कि स्ट्रैस का असर पैंदा हैगा। हैलो जी, कौन ते जी, कित्थों बोल रहे जी? हैलो जी। हाँ जी, की कहना चाहोगे? मैं विचमन जी वालों कहना चाहनी है, कोई नहीं मैं डिप्रेशन वालों ही, धन गुरुदेव ते जय गुरुदेव जी। हाँ जी, जय गुरुदेव जी। हाँ जी हाँ जी, मैं ये कहनी कि जरा ऑस्टियोपोरोसिस है ये मैनू भी होया, लेकिन मेरी गलती है कि जो मैं यंग सी उदो मैं दूध नहीं पीता, शिफ्टा कर नौकरी नहीं, गल अपन डिप्रेशन दी कर रहे हैं, स्ट्रेस दी कर रहे हैं। मैं दस रही हूं ओदे करके फिर मैनू डिप्रेशन हो गया। अच्छा जी, डिप्रेशन होने दे नाल फिर मैनू डॉक्टर ने गोलियां दित्तियां ते मैं ओ ठीक नहीं हुई। मेडिटेशन करन लई मैं शुरू कीता, मेरा जी नहीं कीता करन नू। मैं एक ही एडवाइस करांगी कि मैनू उन्होंने विटामिन डी दियां गोलियां दित्तियां डॉक्टर ने। हाँ जी हाँ जी हाँ जी, जिदे नाल मैं थोड़ी ठीक हुई हां ते डिप्रेशन दी गोलियां नाल ते मैं पागल हो गई। मैं खांदियां मैनू चक्कर आन लग पे, डिगन लग पई। मैं यही एडवाइस करांगी विटामिन डी लवो पर विद दी हेल्प ऑफ डॉक्टर। बिलकुल, विटामिन डी विच जिहड़ियां जिहड़ियां चीजां आ जिदा पालक है और दूध ज्यादा पियो। मैं दूध ही नहीं पीता जिसे करके मैनू ऑस्टियोपोरोसिस होया। ठीक है, लेकिन सवाल आ रहा है इंडिया दे विच, इंडिया की दुनिया साडे देश थर्ड वर्ल्ड कंट्री गरीबां च गिनिया जांदा। डजंट मैटर मोदी कहिंदा मैं कर लिया कर लिया, आवर कंट्री इज अ वेरी पुअर कंट्री। ठीक है, इस करके ओ मैं इस करके ज्यादा एडवाइस करांगी कि इथों पैसा जोड़ के जिन्नियां गौशाला खोलोगे दूध सस्ता मिलता है। साइकिल च लै के चिट्टा जिहा लोहे का डब्बा लैके ओ पिंडा च दूध बेचदे आ हाफ प्राइस दैन दी पब्लिक प्राइस। थैंक यू वेरी मच। मेरा ख्याल आपां इंडिया दी गल ना करिए क्योंकि उत्थे इंडिया विच 130 करोड़ तो ज़्यादा आबादी रहिंदी, उहनां दे कैन सॉल्व देयर ओन प्रॉब्लम्स। आपां इत्थे गल करदे हैगे आ क्योंकि इत्थे दे लोक जिहड़े हैगे आ प्रोग्राम देख रहे आ, इंडिया के शायद प्रोग्राम यह नहीं देख रहा है, उन्होंने वो सियाने साढ़े ना केंद्र अभी थोड़े ना ज्यादा सियाने, सो लेट दम सोल्व देर ओन प्रॉब्लम। हैलो जी, कौन थे जी, कितों बोल रहे हैं जी? हैलो डॉक्टर साहब नमस्कार। हाँ जी सुमन साहब, की कहना चाहोगे? देखो डॉक्टर साहब, वरीज जी स्ट्रैस एंड स्ट्रेन है। हाँ जी, ये तो हर कानून ही हाँ थोड़ा घना, ठीक नहीं, कुछ लोग इनू मैनेज करना जानते हैं, कुछ नहीं करते। हाँ जी हाँ जी हाँ जी, सब तो बड़ी गल है कि वी शुड लर्न टू मैनेज इट। बिल्कुल बिल्कुल, जे तुसीं मैनेज नहीं ना करते फिर थोनू ये योर ट्रबल्स कैन बी डबल्ड। बिल्कुल बिल्कुल। दूसरी गल डॉक्टर साहब, ये भी जी कहावत है कि थोनू कम नहीं मारदा लेकिन वरी मार दिंदी है। बिल्कुल बिल्कुल, ते इहदे रीजन तां डॉक्टर साहब बहुत है, यू नो पैसे दी तंगी, खासकर कोई हेल्थ प्रॉब्लम आ गई, ये चीजां बहुत स्ट्रेसफुल आ। पर फिर भी अपना जिगरा रखना चाहिए कि भाई देर जिना दा डेट मारो। जिंदगी विच एक दरवाजा डॉक्टर साहब खोलदा, एक बंद हुंदा, दूसरा खुल जांदा। बिल्कुल बिल्कुल, कभी यह ना सोचो कि लै भी दिस इज द एंड ऑफ द वर्ल्ड, यू नो देर जिना दा डेट मारो। अब जब तुम दूसरे दिन सवेर नूं उठेंगे यू विल बी अ डिफरेंट पर्सन ऑल टूगैदर। एब्सोल्युटली, कोई भी थोड़ी वरीज है, वरी आप सारे करते हैं डॉक्टर, तुम भी करते, मैं भी करते हैं, सारे करते हैं, और यह पॉजिटिव भी है, यू नो, क्योंकि अगर तुम वरी नहीं किसी चीज कर रहे तो मीन यू आर नॉट डिसिप्लिन्ड। बिल्कुल बिल्कुल, यू नो जब मैं वरी ना करा और कोई गल नहीं हुई जुगा सब कुछ, ऐसा नहीं होना। यू गॉट टू पुट ए स्ट्रेन ऑन योर माइंड, यू गॉट टू स्ट्रेस योरसेल्फ, लुक मैन आई गॉट टू डू द जॉब, आई गॉट टू गो दैट, आई गॉट टू टॉक दैट दैट पर्सन, आई गॉट टू डू समथिंग फॉर दैट, यू नो। अगर कोई प्रॉब्लम है उन्होंने मतलब यू नो उन्होंने ठीक करने वास्ते कई दफा स्ट्रैस भी आती है, स्ट्रेन भी आती है, पर उन्होंने मतलब यू नो ये सोचो कि भाई वो थोड़ी ट्रबल जी डबल ना हो जाए। अगर तुम अपने आप में डबल कर लिया तो फिर तुम ट्रबल रहती ना। कई दफा इंग्लिश एक डॉक्टर साहब का कहावत है भाई, मैं फिंगरस तो यू नो फिंगरस से नेल तो मैं सारे खा लिया है, तो हूं तो नकल रेंदे आ। सो इन्हें ना हो गया कि वरी करते करते फिंगर से नेल भी खा लेता, मगर नकल से आ गया उन्होंने भी चबन लग पाया। सो वरी ये चीज आ, वरी देखो पहला जो स्ट्रेस एंड स्ट्रेन है आप सारे करते हैं, कई दफा काम टुट गया, बच्चे की कोई वरी आ, कोई हेल्थ फैमिली बच्चे कोई हेल्थ सर्विस हेल्थ की करो जी ना प्रॉब्लम है, ये आप सारे करते हैं, ठीक नहीं, पर इन हैंडल करना सीखो। ये ना सोचो कि मतलब दिस इज द एंड ऑफ स्टोरी, नो, वी गॉट टू स्ट्राइव, वी गॉट टू वर्क हार्ड, वी गॉट टू फाइंड सोल्यूशन, ताकि मतलब जी ना तुम उसे गैट ओवर कर सको। पर मतलब कई दफा लोग कई दफा नहीं कर सकते, पर मैं एक गल जरूर कहूंगा, अगर तुहानू वरीज या स्ट्रेस या
कोई एंजाइटी है, वरीज है, ओनू मतलब डॉक्टर साहब ड्रिंक का कभी सहारा ना लवो। एब्सोल्युटली एब्सोल्युटली, यू नो, कभी ना ड्रिंक का कभी सहारा ना लवो। यह टेंपरेरी चीजा होनी है, टेंपरेरी थानू यू नो थोड़ी जी अपलिफ्ट किया, उस तो बाद तुसी डाउन भी ओना डबल होना। इस करके फाइट बैक विद योर ओन पावर, यू नो। तो दूसरी गल के दूसरी यही मैं कहूंगा डॉक्टर साहब, ये जी स्ट्रेस है ना, ये किसी कंट्री ना नहीं बजी हुई हैगी, ना किसी भाईचारे ना बजी हुई है, ये तो दुनिया का एक ये तो दुनिया के बच्चे भाव कोई अपन लगता है कि मैं भी पंजाबी हाँ तो मैं पंजाब के बच्चे पंजाबियों में सारी प्रॉब्लम है, नहीं, क्योंकि मेरा मेरा सर्कल ओह आ खत्म हो गया है। प्रोग्राम कि लगा ए बारे सू जरूर फीडबैक दो। अगले हफ्ते मैं थोड़े लिए एक होर कोई इदा प्रोग्राम लैके आऊँगा। तो कंशी टैलीविजन की साड़ी जी अपील हैगी चल रही है, तो साड़ी फाइनैशियल हैल्प जरूर करो ता कि आप प्रोग्राम देंदे रहिए, तो ये जो प्लेटफॉर्म हैगा अपने लिए बनया रहे। तो विचार मेरे विचार अपने सारे विचार जो है जिन्हें असं आदान प्रदान करते रहिए, तो योजे मसले जोड़े साढ़े समाजिक मसले उन्होंने डिस्कशन असं करते रहिए। इतने मैं इजाजत दो, हैव ए गुड डे एंड बेस्ट विशेज, सी यू नैक्सट वीक।